سکھ دا کام ہے پچھان کے مارنا پچھان کے بدلہ لینا اصلی گل مارنا کسی بچے دے وار نہیں کرنا مروڑا چاڑیا لاتوں ستگرو سچے پاتشاہ مالا دے پیارے نے منہ تان ہوا جنہ کہہ لگا ہو گئی ابھی ہوں یاد کر لا متر بدلا لیا بدلا لے سکھ قوم تے کہر کماؤں دا سان کے نیا شیران نے اندرا گاندھی ریتی جے پتڑیاں جھگیاں سنگا لگاواں نے اردنا سبھی الکھ مکا کے بدلا لیا بدلا لے
پچھان کے اس پاپی نو سارا چیتا کرا دے پھر اس نو پنچ کرویتا انسار سجا دے کے میتھے پروگرام سدگور سچی پاتشاہ مہاراج پیاری کرے جے اس منک نو کدے سپنے وچ وی یہ ڈر نہیں سی کہ ایتھوں تک پہنچ سکدے نے سکھ سکھوں اج گھبراؤن دی لوڑ نہیں اے پاپی نے بہت تانے مارے سی سکھ قوم نے جد مر تے لہو چھڑکیا سی سکھاں دے اتے اس نے پیپرا وچ کہیا سی کہندا اندرا گاندھی نو ساڈی ماں نو مارن دا کہندا سواد چکھ لیا سکھاں نے کہندا دیکھو سکھاں دے بچے بچی مروانے میرا کی بگاڑ لیا انہاں نے کی کرن گے اے گرمکھ پیارے اے تانے مارتے ہوندے نے لوگ پر سماں آوے ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰ ਦਿੰਦੇ ਨੇ ਅੱਜ ਸਿੱਖਾਂ ਨੂੰ ਹੋਰ ਬਹੁਤ ਤਾਨੇ ਪੈ ਰਹੇ ਗੁਰੂ ਕੇ ਪਿਆਰੇ ਪੱਚੀ ਸਿੰਘ ਬਾਬਾ ਦੀਪ ਸਿੰਘ ਜੀ ਸਮੇਤ ਸਾਬੋ ਦੀ ਤਲਵੰਡੀ ਤੋਂ ਕਲਗੀਧਰ ਪਾਤਸ਼ਾਹ ਮਹਾਰਾਜ ਤੋਂ ਆਗਿਆ ਲੈ ਕੇ ਕਰਤਾਰਪੁਰ ਸਾਹਿਬ ਧੀਰ ਮਨ ਦੇ ਕੋਲ ਆਏ ਆ ਗੁਰੂ ਦੀ ਬਾਣੀ ਦਾ ਸਰੂਪ ਲੈਣ ਵਾਸਤੇ ਵਚਨ ਕੀਤਾ ਸੀ ਮਹਾਰਾਜ ਨੇ ਕਿ ਕਥਾ ਸੁਣਾਵਾਂਗੇ ਬਾਣੀ ਦੀ ਉਹ ਸੇਵਾ ਦੇ ਵਿੱਚ ਬੇਨਤੀ ਕੀਤੀ ਸਤਿਗੁਰ ਜੀ ਕਿਰਪਾ ਕਰੋ ਤੇ ਸਿੱਖ ਆਏ ਤੇ ਧੀਰ ਮਨ ਹੁਣ ਚਾਹੁੰਦਾ ਨਹੀਂ ਸੀ ਬਾਣੀ ਦੇ ਗੁਰੂ ਦਾ ਸਰੂਪ ਨਹੀਂ ਸੀ ਦੇਣਾ ਚਾਹੁੰਦਾ ਜੇ ਗੁਰਤਾ ਨਹੀਂ ਸੀ ਪ੍ਰਾਪਤ ਹੋਈ ਪਰ ਬਾਣੀ ਨੂੰ ਦੇਣਾ ਨਹੀਂ ਸੀ ਚਾਹੁੰਦਾ ਫਿਰ ਜੋਰ ਨਾਲ ਰੱਖ ਨਹੀਂ ਸੀ ਸਕਦਾ ਤਰੀਕਾ ਲੱਭਿਆ ਕਹਿੰਦਾ ਤਾਨਾ ਮਾਰ ਕੇ ਦੇਖਦੇ ਤਾਨਾ ਮਾਰਿਆ ਕਹਿੰਦਾ ਸਿੱਖੋ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਦੀ ਦਸਵੀਂ ਜੋਤ ਹੈ ਤੇ ਭੱਜਿਆਂ ਦੀ ਬਾਣੀ ਮੈਥੋਂ ਕਾਹਤੋਂ ਮੰਗਦੇ ਨੇ ਕਾਹਤੋਂ ਕਿਉਂ ਨਹੀਂ ਵਿਚਾਰਦੇ ਤਾਨਾ ਸੀ ਇਸ ਤਾਨੇ ਕਰਕੇ ਤਾਨਾ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਿੱਖਾਂ ਦੇ ਕਹਿਣ ਵੀ ਕਿ ਹੋਰ ਸਰੂਪ ਹੈ ਭਾਈ ਬੱਲੋ ਜੀ ਦੀ ਵੀਰ ਹੈ ਹੋਰ ਹੈ ਉਹਨੇ ਕਹਿੰਦੇ ਨਹੀਂ ਤਾਨਾ ਮਾਰਿਆ ਸਿੱਖਾਂ ਦੀ ਸ਼ਰਧਾ ਨਾ ਟੁੱਟ ਜਾਵੇ ਹੁਣ ਕਾਹਤੋਂ ਬਾਣੀ ਉਚਾਰਨ ਕਰਾਂਗੇ ਇੱਕ ਓਮਕਾਰ ਤੋਂ ਲੈ ਕੇ 18-10-20 ਤੱਕ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਵਿਖੇ ਆ ਦਮਦਮੇ ਵਾਲੀ ਵੀਰ ਜਿਹਨੂੰ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕਹਿੰਦੇ ਹਾਂ ਉੱਥੇ ਉਚਾਰਨ ਕੀਤੀ ਗੁਰੂ ਪਿਆਰੇ ਹੋਈ ਤਾਨੇ ਦਾ ਅੱਜ ਵੀ ਤਾਨੇ ਪੈ ਰਹੇ ਨੇ ਤੇ ਸਿੱਖੋ ਉਹਨਾਂ ਤਾਨਿਆਂ ਕੋਲੋਂ ਡਰੋ ਨਾ ਤੇ ਮਨ ਮਤ ਵੱਲ ਨਾ ਜਾਓ ਕਿਹੋ ਜਿਹੇ ਤਾਨੇ ਨੇ ਸਿੱਖ ਕੌਮ ਵਿੱਚ ਮਨ ਮਤੀਏ ਵਿਦਵਾਨ ਵਾੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਇਤਿਹਾਸ ਨੂੰ ਖਰਾਬ ਕਰਨ ਲਈ ਕਹਿ ਰਹੇ ਨੇ ਕਿ ਦੁੱਖ ਭਜਣੀ ਬੇਰੀ ਐਵੇਂ ਬੇਰੀ ਐਵੇਂ ਹੀ ਆ ਕੋਈ ਨੀ ਉੱਥੋਂ ਦੁੱਖ ਹਟਦੇ ਕਹਿੰਦੇ ਜੇ ਦੁੱਖ ਭਜਣੀ ਬੇਰੀ ਥੱਲੋਂ ਦੁੱਖ ਹਟਦੇ ਹੋਣ ਤੇ ਡਾਕਟਰਾਂ ਦੀ ਤੇ ਹਸਪਤਾਲਾਂ ਦੀ ਕੀ ਲੋੜ ਹੈ ਇਹ ਸਿੱਖੀ ਰੂਪ ਵਿੱਚ ਮਨਮਤੀ ਵਿਦਵਾਨ ਆ ਕੇ ਸਿੱਖ ਸੰਗਤਾਂ ਵਿੱਚ ਵਹਿਮ ਪਾ ਰਹੇ ਨੇ ਸਾਡੀ ਸ਼ਰਧਾ ਤੋੜ ਗਏ ਨੇ ਗੁਰੂ ਘਰ ਦੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉੱਤੇ ਸ਼ੰਕਾ ਮੂਲ ਮੰਤਰ ਉੱਤੇ ਸ਼ੰਕਾ ਪਾ ਰਹੇ ਨੇ ਨਿਤ ਨੇਮ ਦੀਆਂ ਬਾਣੀਆਂ ਉੱਤੇ ਸ਼ੰਕਾ ਪਾ ਰਹੇ ਨੇ ਦਸਮ ਗ੍ਰੰਥ ਦੇ ਉੱਤੇ ਸ਼ੰਕਾ ਪਾ ਰਹੇ ਨੇ ਕਿ ਦਸਮ ਪਾਤਸ਼ਾਹ ਜੀ ਦੀ ਬਾਣੀ ਨਹੀਂ ਹੈ ਇਹ ਸਾਨੂੰ ਤਾਨੇ ਨੇ ਗੁਰਮੁਖ ਪਿਆਰਿਓ ਤਰਕਾਂ ਮਾਰ ਰਹੇ ਨੇ ਸਰੋਵਰ ਕਹਿੰਦੇ ਕੀ ਕਾਨੂੰਨ ਸਿੱਖਾਂ ਨੇ ਬਣਾਏ ਹੋਏ ਨੇ ਪਾਣੀ ਦੀ ਤੰਗੀ ਆ ਇੱਕ ਕਾਂਗਰੇ ਸੀ ਅਰਜਨ ਸਿੰਘ ਮਸਤਾਨਾ ਉਹਦਾ ਨਾਂ ਸੀ 1986-87 ਵਿੱਚ ਉਹਨੇ ਲੇਖ ਵੀ ਦਿੱਤੇ ਤੇ ਬਜ਼ਾਰ ਕਰਕੇ ਕਹਿੰਦਾ ਸੀ ਕਹਿੰਦਾ ਜਿੰਨਾ ਤਰਨ ਤਾਰਨ ਸਾਹਿਬ ਦੇ ਅੰਮ੍ਰਿਤਸਰ ਸਾਹਿਬ ਦੇ ਸਰੋਵਰ ਚ ਪਾਣੀ ਸਿੱਖਾਂ ਨੇ ਇਕੱਠਾ ਕੀਤਾ ਫਜ਼ੂਲ ਆ ਕਹਿੰਦਾ ਨਾਲੇ ਉਸ ਜਗ੍ਹਾ ਵੀ ਝੋਨਾ ਲਾਇਆ ਜਾਵੇ ਨਾਲੇ ਉਹ ਜਲ ਜਿਹੜਾ ਪਾਣੀ ਕੱਢ ਕੇ ਤੇ ਝੋਨਿਆਂ ਨੂੰ ਦਿੱਤਾ ਜਾਵੇ ਝੋਨਾ ਬਹੁਤ ਵੱਧ ਸਕਦਾ ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੇ ਸਰੋਵਰਾਂ ਦੀ ਬਾਬਤ ਜੇ ਹਰਿਮੰਦਰ ਸਾਹਿਬ ਦੀ ਬਾਬਤ ਕਹਿਣ ਦਿੱਠਾ ਸਭੇ ਦਿੱਠੇ ਸਭੇ ਥਾਮ ਨਹੀਂ ਤੁਲ ਵੇਖਿਆ ਬੰਦੇ ਪੁਰਖ ਵਧਾਤੇ ਤਾਂ ਤੂੰ ਸੁਣਿਆ ਜਿਹੜੀ ਬਾਬਤ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਰਾਮਦਾਸ ਸਰੋਵਰ ਨਹਾਤੇ ਸਭ ਪੁੱਤਰੇ ਪਾਪ ਕਮਾਦੇ ਉਹਨਾਂ ਸਰੋਵਰਾਂ ਦੇ ਖਿਲਾਫ ਜਦੋਂ ਇਹੋ ਜਿਹੇ ਮਸਤਾਨੇ ਵਰਗੇ ਮਨਮਤ ਦੀ ਮਸਤਾਨੀ ਵਿੱਚ ਆ ਕੇ ਕਹਿਣ ਤੇ ਉਹ ਤਾਨੇ ਫਿਰ ਗੁਰਮੁਖ ਪਿਆਰੇ ਆਪਾਂ ਸੁਣ ਸਕਦੇ ਸਾਰੇ ਸਿੱਖ ਨਹੀਂ ਸੁਣ ਸਕਦੇ ਉੱਥੇ ਹੀ ਕਹੋ ਗੁਰੂ ਕੇ ਪਿਆਰੇ ਪੁਲਿਸ ਵਾਲੀਆਂ ਵਰਦੀਆਂ ਪਾ ਕੇ ਮੋਟਰਸਾਈਕਲ ਉੱਤੇ ਚੜ ਕੇ ਇੱਕ ਗੰਦੇ ਉਹਨਾਂ ਨੇ ਬਹਾਲ ਲਿਆ ਅਮਲੀਆ ਬਣਾ ਕੇ ਅਰਜਨ ਸਿੰਘ ਮਸਤਾਨੇ ਦੇ ਘਰ ਜਾ ਕੇ ਕਹਿਣ ਲੱਗੇ
ਕਹਿੰਦੇ ਮਸਤਾਨਾ ਜੀ ਆ ਕੋਈ ਫੀਮ ਦਾ ਵਪਾਰੀ ਫੜਿਆ ਹੈ ਫੀਮ ਖਾਣ ਤੇ ਵੇਚਣ ਵਾਲਾ ਇਹ ਅਸੀਂ ਫੜਿਆ ਹੈ ਨਾ ਤੁਹਾਡਾ ਬੇਟਾ ਬਾਹਰ ਆ ਕੇ ਜਿਹੜਾ ਬੰਦਾ ਪਛਾਣ ਜੇ ਤੁਹਾਡਾ ਵੀ ਸ਼ਰਦੀ ਹੈ ਨਹੀਂ ਦੇਤੇ ਕੇਸ ਪਾਈਏ ਮਸਤਾਨੇ ਬਣੀ ਮਨਮਤ ਦੀ ਮਸਤਾਨੀ ਵਿੱਚ ਵੀ ਮੈਨੂੰ ਪੁਲਿਸ ਘਰ ਪੁੱਛਣ ਆਈ ਹੈ ਵੀ ਬੰਦਾ ਤੇਰਾ ਨਾਂ ਲੈਂਦਾ ਹੈ ਕਿੰਨੇ ਕੁ ਮਾਣ ਵਿੱਚ ਆਇਆ ਹੋਊਗਾ ਪਰ ਗੱਲ ਸੀ ਉਹ ਤਾਨੇ ਸਿੱਖ ਕੌਮ ਦੇ ਜਿਹੜੀਆਂ ਸੂਈਆਂ ਲਾ ਰਿਹਾ ਸੀ ਇਲਾਜ ਉਹਦਾ ਕਰਨ ਗਿਆ ਸੀ ਮਸਤਾਨੇ ਹੋਣੀ ਬਾਹਰ ਆਏ ਤੇ ਗੁਰੂ ਕੇ ਪਿਆਰਿਆਂ ਨੇ ਸ਼ਸਤਰ ਕੱਢ ਕੇ ਕਿਹਾ ਸੀ ਪਹਿਲਾਂ ਜਿਹੜੀ ਜ਼ਬਾਨ ਤੇਰੀ ਤੇ ਜਿਹੜੀਆਂ ਅੱਖਾਂ ਤੇ ਜਿਹੜਾ ਦਿਮਾਗ ਤੇਰਾ ਹਰਿਮੰਦਰ ਸਾਹਿਬ ਦੇ ਸਰੋਵਰ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਬਣਾਏ ਹੋਏ ਸਰੋਵਰ ਤਰਨ ਤਾਰਨ ਦੇ ਖਿਲਾਫ ਜਿਹੜਾ ਲਿਖਦਾ ਤੇ ਬੋਲਦਾ ਸੀ ਉਹ ਬੰਦ ਕਰਨ ਆਏ ਹੈ ਗੱਜ ਕੇ ਰੱਖੋ ਸਤਨਾਮ ਉੱਥੇ ਹੀ ਉਹਦਾ ਕੰਮ ਗੁਰਮੁਖ ਪਿਆਰੇ ਨੂੰ ਸਜ਼ਾ ਪੰਥ ਗੁਰਵਾਦਾ ਅਨੁਸਾਰ ਦਿੱਤੀ ਸੀ ਅੱਜ ਜਿਹੜੇ ਲੋਕ ਸਿੱਖੀ ਤੇ ਗੁਰੂ ਕੀ ਬਾਣੀ ਤੇ ਸਿੱਖਾਂ ਦੀ ਰਹਿਤ ਬਾਰੇ ਸ਼ੰਕੇ ਪਾਉਂਦੇ ਨੇ ਜਿਹੜੇ ਨੇ ਕਿਹਾ ਕਿ ਲਿਖਦਾ ਲਿਖ ਲਿਖ ਕੇ ਸਿੱਖ ਕੌਮ ਦੇ ਵਿੱਚ ਵਿਸ਼ਵਾਸ ਦਾ ਘਾਟ ਕਰ ਰਹੇ ਨੇ ਗੁਰੂ ਕੇ ਪਿਆਰਿਓ ਸਮਾਂ ਆਵੇਗਾ ਜਿਹੜੇ ਲੋਕ ਕਹਿ ਰਹੇ ਨੇ ਕਿ ਚੰਦੂ ਦਾ ਤੇ ਕੋਈ ਕਸੂਰ ਨਹੀਂ ਸੀ ਪਰ ਗੁਰੂ ਕੇ ਸਿੱਖੋ ਤਾਨੇ ਵੱਜ ਰਹੇ ਨੇ ਚੰਦੂ ਦੀ ਹਵੇਲੀ ਚੰਦੂ ਦਾ ਹੁਕਮ ਚੰਦੂ ਦੇ ਘਰ ਵਿੱਚ ਦੇਗ ਵਿੱਚ ਤੇ ਲੋਹੇ ਉੱਤੇ ਪਹਾੜ ਕੇ ਸਤਿਗੁਰੂ ਪੰਜਵੇਂ ਪਾਤਸ਼ਾਹ ਦੇ ਸੀਸ ਦੇ ਉੱਤੇ ਤੱਤੀ ਰੇਤਾ ਚੰਦੂ ਕਹਿ ਕੇ ਪਵਾਵੇ ਤੇ ਆਈਏ ਪ੍ਰਚਾਰਕ ਗੁਰਮੁਖ ਪਿਆਰਿਓ ਸਾਰੇ ਨਹੀਂ ਪਰ ਜਿਹੜੇ ਹੈ ਸਾਡੇ ਦੁਸ਼ਮਣ ਸਿੱਖ ਕੌਮ ਦੇ ਪਰ ਉੱਤੋਂ ਉੱਤੋਂ ਮਿੱਤਰ ਬਣ ਕੇ ਇਹ ਮਿੱਠਿਆ ਮਿੱਠਾ ਪ੍ਰਚਾਰ ਕਰਕੇ ਜਿਹੜਾ ਪ੍ਰਚਾਰ ਕਰਦੇ ਨੇ ਕਹਿੰਦੇ ਵੀ ਚੰਦੂ ਦਾ ਕਸੂਰ ਨਹੀਂ ਸੀ ਐਵੇਂ ਹੀ ਉਹ ਵਿੱਚ ਆ ਗਿਆ ਛੇ ਪਾਤਸ਼ਾਹ ਮਹਾਰਾਜ ਜੀ ਨੇ ਉਹਨੂੰ ਨਰਕ ਵਿੱਚ ਜਿਹੜੇ ਨਕੇਲ ਪਾ ਕੇ ਉਸਨੂੰ ਸਜ਼ਾ ਦਿੱਤੀ ਹੋਵੇ ਪਿਤਾ ਜੀ ਦਾ ਬਦਲਾ ਲਿਆ ਹੋਵੇ ਪਿਤਾ ਗੁਰੂ ਦਾ ਤੇ ਗੁਰੂ ਤੇ ਕਦੇ ਭੁੱਲ ਨਹੀਂ ਕਰਦਾ ਤੇ ਉਹਨਾਂ ਦੇ ਕਹਿਣ ਮੁਤਾਬਕ ਇਹ ਕਹਿਣਾ ਪਊਗਾ ਵੀ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਗਲਤ ਬੰਦਾ ਮਾਰੇ ਨਹੀਂ ਛੇਵੇਂ ਪਾਤਸ਼ਾਹ ਜੀ ਨੇ ਭੁੱਲ ਨਹੀਂ ਕੀਤੀ ਗੁਰੂ ਭੁੱਲਣ ਅੰਦਰ ਨਹੀਂ ਹੈ ਪਰ ਇਹ ਲੋਕ ਜਿਹੜੇ ਸਾਨੂੰ ਭੁਲੇਖਾ ਪਾ ਰਹੇ ਨੇ ਉਹਨਾਂ ਕੋਲੋਂ ਬਚਣ ਦੀ ਆਪਾਂ ਨੂੰ ਲੋੜ ਹੈ ਬੇਨਤੀ ਹੈ ਗੁਰੂ ਕੇ ਸੰਗਤਾਂ ਨੂੰ ਜਾਗਰੂਕ ਹੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪਿਆਰੇ ਜਿਹੜਾ ਅਰਜਨ ਦਾਸ ਸਾਹਿਬ ਦੇ ਤਾਨੇ ਮਾਰਦਾ ਸੀ ਉਹਦਾ ਬਦਲਾ ਲਿਆ ਤੇ ਇਹਦਾ ਸਾਥੀ ਸੀ ਲਲਤ ਮਾਕਨ ਉਹ ਵੀ ਲੰਕੇ ਸੀ ਉਸਨੇ ਵੀ ਇਹੀ ਹੁਕਮ ਤੇ ਆਪਣੇ ਨਾਲ ਦੇ ਸਾਥੀਆਂ ਨੂੰ ਤੇਲ ਵੰਡਿਆ ਸੀ ਕਹਿੰਦਾ ਸੀ ਤੇਲ ਨਹੀਂ ਮੁੱਕੂਗਾ ਜਿੰਨਾ ਚਿਰ ਸਿੱਖ ਨਹੀਂ ਮੁੱਕਦੇ ਸਿੱਖਾਂ ਦੇ ਗਲਾਂ ਵਿੱਚ ਪੈਰ ਪਾ ਪਾ ਕੇ ਸਾੜੇ ਤੇ ਸਿੱਖ ਬੱਚੇ ਬੱਚੀਆਂ ਨੂੰ ਗੁਰੂ ਪਿਆਰੇ ਜਿਉਂਦਿਆਂ ਨੂੰ ਅੱਗਾਂ ਲਾ ਲਾ ਕੇ ਸਾੜਿਆ ਗਿਆ ਇੱਕ ਮਨੁੱਖ ਉੱਤੇ ਇਸ ਚੱਲਿਆਂ ਜਦੋਂ ਬਾਅਦ ਵਿੱਚ ਦਬਾਅ ਪਿਆ ਕੋਈ ਮਾੜਾ ਮੋਟਾ ਸਿੱਖਾਂ ਦੀਆਂ ਰੱਖਾਂ ਪਹੁੰਚਣ ਵਾਸਤੇ ਉਹਦੇ ਉੱਤੇ ਛੇ ਕਦਮਾਂ ਦਾ ਮੁਕੱਦਮਾ ਉਹ ਮੰਨਿਆ ਕਿ ਟੈਲੀਟੈਕਸ ਵਿੱਚ ਬਾਹਰ ਉਹ ਆਇਆ ਸੀ ਦਸ ਨੇ ਵੀ ਪੜ੍ਹਿਆ ਸੀ ਜੱਜ ਉਸ ਮੁਲਜ਼ਮ ਨੂੰ ਸਜ਼ਾ ਦੇਣ ਵਾਸਤੇ ਉਹਨੂੰ ਛੇਆਂ ਕਤਲਾਂ ਦੇ ਬਦਲੇ ਸਿੱਖ ਪਰਿਵਾਰ ਦੇ ਛੇ ਜੀ ਮਾਰਨ ਬਦਲੇ ਛੇ ਸਾਲ ਦੀ ਕੈਦ ਸੁਣਾਈ ਉਹਨੇ ਛੇ ਸਾਲ ਦੀ ਉਹਨੇ ਕਹਾਣੀ ਦੱਸੀ ਕਹਿੰਦਾ ਮੇਰਾ ਗਾਂਢੀ ਗੁਆਂਢੀ ਪਰਿਵਾਰ ਸੀ ਚਾਰ ਇਹਨਾਂ ਦੇ ਬੱਚੇ ਸਨ ਤੇ ਦੋ ਮਾਤਾ ਪਿਤਾ ਛੇ ਜੀ ਕਹਿੰਦਾ ਰਹਿੰਦੇ ਸੀ ਮੈਂ ਇਹਨਾਂ ਦੇ ਕਹਿੰਦਾ ਘਰ ਪਹੁੰਚਾ ਘਰ ਜਾ ਕੇ ਕਹਿੰਦਾ ਮਾਂ ਪਿਓ ਦੇ ਸਾਹਮਣੇ ਬੱਚਿਆਂ ਦੇ ਟੁਕੜੇ ਕਰ ਕਰਕੇ ਕਰ ਮੰਗਦਾ ਚਾਰੇ ਮਾਰੇ ਮੈਂ ਬਾਹਰ ਵਿੱਚ ਕਹਿੰਦਾ ਇਹਨਾਂ ਦੇ ਮਾਪੇ ਮਾਰੇ ਨੇ ਤੇ ਉਹਨੇ ਜੁਰਮ ਕਬੂਲ ਕੀਤਾ ਪਰ ਜੱਜ ਕਿਉਂਕਿ ਜੁਰਮ ਕਰਵਾਉਣ ਵਾਲੀ ਸਰਕਾਰ ਦਾ ਜੱਜ ਸੀ ਉਸ ਜੱਜ ਨੇ ਸਜ਼ਾ ਦਿੰਦਿਆਂ ਇਹ ਆਖਿਆ ਕਹਿੰਦਾ ਤੂੰ ਹੱਕਦਾਰ ਸੀ ਫਾਂਸੀ ਦਾ ਪਰ ਤੈਨੂੰ ਫਾਂਸੀ ਤਾਂ ਨਹੀਂ ਦਿੱਤੀ ਜਾ ਰਹੀ ਕਿਉਂਕਿ ਤੂੰ ਕਦੇ ਪਹਿਲਾਂ ਇਹੋ ਜਿਹਾ ਕੰਮ ਨਹੀਂ ਕੀਤਾ ਇਹਨਾਂ ਦਾ ਕਦਰ ਕਦੇ ਪਹਿਲਾਂ ਨਹੀਂ ਕੀਤਾ ਇਹ ਕਿਉਂ ਕਹਿ ਰਿਹਾ ਕਿਉਂਕਿ ਰਾਜ ਉਹਨਾਂ ਦਾ ਸੀ ਜਿਹਨਾਂ ਨੇ ਕਹਿ ਕੇ ਕਰਵਾਇਆ ਤੇ ਉਸੇ ਜੱਜ ਨੂੰ ਪੁੱਛਿਆ ਜਾਏ ਬੇਅੰਤ ਸਿੰਘ ਨੂੰ ਉਸੇ ਸਮੇਂ ਸ਼ਹੀਦ ਕੀਤਾ ਜਾਂਦਾ ਇੰਦਰਾ ਗਾਂਧੀ ਕਲਮਕਾਰ ਸਮੇਂ ਸਤਵੰਤ ਸਿੰਘ ਤੇ ਕੇਰ ਸਿੰਘ ਨੂੰ ਨਜਾਇਜ਼ ਹੀ ਫਾਂਸੀ ਤੇ ਚਾੜਿਆ ਜਾਂਦਾ ਜਦੋਂ ਸਤਵੰਤ ਸਿੰਘ ਕਹਿ ਰਿਹਾ ਕਿ ਅਸੀਂ ਮਾਰੀਆ ਇਹਨੂੰ ਨਹੀਂ ਕੁਝ ਕਹਿਣਾ ਚਾਹੀਦਾ ਪਰ ਉਸ ਨੂੰ ਬੀ ਨਾਲ ਤੇ ਬੇਅੰਤ ਸਿੰਘਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਹੈ ਉਹ ਗੁਰੂ ਦੇ ਪਿਆਰਿਆਂ ਨੂੰ ਫਾਂਸੀ ਦੇ ਤਖ਼ਤੇ ਉੱਤੇ ਚੜਾ ਕੇ ਫਾਂਸੀ ਲਟਕਾਇਆ ਗਿਆ ਤੇ ਉਹਨਾਂ ਜੱਜ ਨੂੰ ਪੁੱਛਣ ਵਾਲਾ ਹੋਵੇ ਕਿ ਤੁਸੀਂ ਆਪਦੇ ਬੰਦਿਆਂ ਨੂੰ ਸਜ਼ਾ ਦੇ ਰਹੇ ਹੋ ਕਿ ਛੇਆਂ ਵੱਟੇ ਤੇ ਛੇ ਸਾਲ ਕੈਦ ਹੈ ਕਿ ਇਹਨਾਂ ਦਾ ਪਹਿਲਾਂ ਕਦੇ ਕਾਰਾ ਨਹੀਂ ਕੀਤਾ ਬੇਅੰਤ ਸਿੰਘ ਤੇ ਸਤਵੰਤ ਸਿੰਘ ਬਾਰੇ ਦੱਸੇ ਕੋਈ ਵੀ ਬਾਂਹ ਖੜੀ ਕਰਕੇ ਉਹਨਾਂ ਵਿੱਚੋਂ ਕਿ ਉਹਨਾਂ ਨੇ ਪਹਿਲਾਂ ਕਿੰਨੀਆਂ ਇੰਦਰਾ ਗਾਂਧੀਆਂ ਮਾਰੀਆਂ ਸੀ ਉਹਨਾਂ ਤਿੰਨਾਂ ਨੇ ਇੱਕ ਇੰਦਰਾ ਗਾਂਧੀ ਮਾਰੀ ਤੇ ਇੱਕ ਨੂੰ ਉਸੇ ਸਮੇਂ ਸ਼ਹੀਦ ਦੋਵਾਂ ਨੂੰ ਫਾਂਸੀ ਮਿਲਦੀ ਹੈ
ਪਰ ਉਹ ਰਾਜ ਕਾਰਨ ਕਰਨ ਪਿਆਰੇ ਹੋ। ਦੋਵਾਂ ਸਿੰਘਾਂ ਨੇ ਇੱਕ ਇੰਦਰਾ ਗਾਂਧੀ ਉਹ ਵੀ ਹਜ਼ਾਰਾਂ ਸਿੰਘਾਂ ਦੀ ਕਾਤਲ 2500 ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਸਰੂਪਾਂ ਦੀ ਕਾਤਲ ਅਕਾਲ ਤਖ਼ਤ ਸਾਹਿਬ ਨੂੰ ਢਾਹ ਢੇਰੀ ਕਰਨ ਦੀ ਜ਼ਿੰਮੇਵਾਰ ਤਿੰਨਾਂ ਸਿੰਘਾਂ ਨੇ ਜੇ ਉਸ ਨੂੰ ਸਜ਼ਾ ਦਿੱਤੀ ਤਾਂ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੈ, ਪਰ ਉਸ ਰਾਜ ਦੇ ਵਿੱਚ ਰਹਿਣ ਵਾਲੇ ਜੇ ਸਿੱਖਾਂ ਦਾ ਕਤਲ ਕਰ ਉਹਨਾਂ ਨੂੰ ਛੇਆਂ ਵੱਟੇ ਇੱਕ ਮਨੁੱਖ ਨੂੰ 6 ਸਾਲ ਹੈ। ਇਹ ਗੁਰਮਤਿ ਪਿਆਰਿਓ ਰਾਜ ਹੀਨ ਹੋਣ ਦਾ ਕਰਕੇ ਹੈ, ਇਹਨਾਂ ਗੱਲਾਂ ਦਾ ਕਰਕੇ ਲੋੜ ਹੈ ਸਾਨੂੰ ਖਾਲਿਸਤਾਨ ਦੀ, ਜਿਹਦੇ ਵਾਸਤੇ ਹਜ਼ਾਰਾਂ ਸਿੰਘ ਤੇ ਸਿੰਘੜੀਆਂ ਨੇ ਆਪਣੇ ਸੀਸ ਬਲੀਦਾਨ ਕੀਤੇ ਨੇ। ਪਰ ਗੁਰੂ ਕੇ ਪਿਆਰੇ ਸਮਾਂ ਜ਼ਰੂਰ ਆਵੇਗਾ, ਇਹੋ ਜਿਹੇ ਸਮੇਂ ਹੁੰਦੇ ਨੇ। ਅਰਜਨ ਦਾਸ ਦੇ ਨਾਲ ਦਾ ਲਬਤ ਮਾਤਨ ਜਿਵੇਂ ਇੱਕ ਕਹਿਰ ਕਮਾਏ ਸੀ, ਹੁਣ ਸਿੰਘਾਂ ਨੇ ਭਾਲ ਕੇ ਇਹਦਾ ਘਰ ਲੱਭਿਆ। ਇਹਦੇ ਘਰ ਪਹੁੰਚੇ, ਉਹਨਾਂ ਨੇ ਆਪ ਆਪਣੀ ਜੀਵਨੀ ਜਿਹੜੀ ਸੀ ਇਹ ਕਾਰਜਨ ਕੀਤੇ ਨੇ ਆਪਣੀਆਂ ਜੇਲ ਚਿੱਠੀਆਂ ਵਿੱਚ ਹਰਜਿੰਦਰ ਸਿੰਘ ਜਿੰਦਾ ਤੇ ਸੁਖਦੇਵ ਸਿੰਘ ਸੁਖੇ ਨੇ ਬਿਆਨ ਕੀਤੇ ਨੇ, ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ। ਕਹਿੰਦੇ ਅਸੀਂ 4 ਸਿੰਘ ਕਹਿੰਦੇ ਘਰ ਦੇ ਮੂਹਰੇ ਜਾ ਕੇ ਖੜ ਗਏ। ਇਹ ਲਲਤ ਮੰਦ ਨੂੰ ਕੋਈ ਇਹਦੇ ਮਿਲਣ ਵਾਲੇ ਆਏ ਹੋਏ ਸੀ ਦੋਸਤ, ਬਾਹਰ ਨਾ ਆਵੇ, ਠੰਡ ਕਹਿੰਦੇ ਬੜੀ ਸੀ ਸਾਨੂੰ ਪਾਲਾ ਲੱਗੇ, ਬਾਹਰ ਨਾ ਆਵੇ। ਅਰਦਾਸਾਂ ਕਰੀਏ ਸਤਿਗੁਰ, ਜਿਸ ਸੇਵਾ ਵਾਸਤੇ ਆਏ ਆ ਉਹ ਸੇਵਾ ਦਾ ਮੌਕਾ ਦਿਓ ਤੇ ਆਪਣੇ ਟਿਕਾਣੇ ਵੱਲ ਚੱਲੀਏ। ਸੁਣ ਲਈ ਅਰਦਾਸ ਕਿਹੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਅੱਧੇ ਘੰਟੇ ਬਾਅਦ ਲਲਤ ਮਾਤਨ ਆਪਣੇ ਮਿਲਣ ਆਏ ਹੋਏ ਸਾਥੀਆਂ ਨੂੰ ਨਾਲ ਲੈ ਕੇ ਛਾਤੀ ਚੌੜੀ ਕਰਕੇ ਬਾਡੀ ਗਾਡਾ ਸਮੇਤ ਬਾਹਰ ਨੂੰ ਆਪਣੇ ਸਾਥੀਆਂ ਨੂੰ ਵਿਦਿਆ ਕਰਨ ਵਾਸਤੇ ਆਪਣੇ ਘਰ ਤੋਂ ਤੁਰਿਆ ਆ ਰਿਹਾ। ਬਾਹਰ ਦੇ ਗੇਟ ਨੂੰ ਆਪਣੇ ਸਾਥੀਆਂ ਨੂੰ ਵਿਦਿਆ ਕਰਨ ਆਏ ਹੋਏ ਲਲਤ ਮਾਤਨ ਸਿੱਖ ਕੌਮ ਦੇ ਕਾਤਲ ਇਸ ਪਾਪੀ ਨੂੰ ਅੰਤਮ ਵਜਾਏਗੀ। ਭਾਈ ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ ਨਾਲ ਦੇ ਸਾਥੀਆਂ ਨੇ ਗੁਰਮੁਖ ਪਿਆਰੇ ਜਿਵੇਂ ਦਿੱਲੀ ਉਸ ਵੇਲੇ ਦਾ ਵਾਤਾਵਰਨ ਹੇ ਐਮ ਬਿਆਨ ਕੀਤਾ ਜਾ ਰਿਹਾ ਜੀ, ਸੁਣੀਏ ਸਿੰਘ ਸੂਰ ਦੀ ਦਿੱਲੀ ਦੇ ਵਿੱਚ ਆਣ ਕੇ ਲਾਲਤ ਮਾਖਣ ਫਿਰਨੋ ਪਾਲ ਦੇ ਜੇ
ਪਾਪ ਕਮਾਉਣ ਗਿਆ ਤੇਰਾ ਕੋ ਨਾ ਬੇਲੀ ਨਾਮ ਪਾਪੀ ਦੇ ਮਾਰਨੇ ਕੋ ਪਾਪ ਮਹਾਬਲੀ ਪਾਪੀ ਨੂੰ ਮਾਰਨ ਲਈ ਬਹੁਤ ਗਿਣਤੀ ਨਹੀਂ ਕੰਮ ਕਰਦੀ ਪਾਪੀ ਨੂੰ ਮਾਰਨ ਵਾਸਤੇ ਮਾਇਆ ਕੰਮ ਨਹੀਂ ਕਰਦੀ ਤੇ ਪਾਪੀ ਨੂੰ ਮਾਰਨ ਵਾਸਤੇ ਵੋਟਾਂ ਵੀ ਕੰਮ ਨਹੀਂ ਕਰਦੀਆਂ ਜਿਹੜੀਆਂ ਸਾਡੇ ਲੀਡਰ ਮੰਗਦੇ ਨੇ ਗੱਜ ਕੇ ਯਾਰ ਕੋਈ ਸਤਨਾਮ ਪਾਪੀ ਨੂੰ ਮਾਰਨ ਵਾਸਤੇ ਇੱਕੋ ਚੀਜ਼ ਕੰਮ ਕਰਦੀ ਹੈ ਜਿਹੜੀ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਾਡੇ ਵਿੱਚ ਭਰੀ ਆ ਪਾਪੀ ਨੂੰ ਮਾਰਨ ਵਾਸਤੇ ਕੰਮ ਕਰਦੀ ਆ ਅਣਖ ਅਤੇ ਕੁਰਬਾਨੀ ਜਿਹਦੇ ਵਿੱਚ ਅਣਖ ਹੋਵੇ ਤੇ ਕੁਰਬਾਨੀ ਕਰਨ ਦਾ ਜਜ਼ਬਾ ਹੋਵੇ ਕੌਮ ਦਾ ਬਦਲਾ ਉਹ ਲੈਂਦਾ ਦੂਸਰਾ ਨਹੀਂ ਗੁਰਮੁਖ ਪਿਆਰਿਓ ਵੋਟਾਂ ਨਾਲ ਰਾਜ ਜਿਹਨੂੰ ਮਰਜ਼ੀ ਦਿਵਾ ਦਿਓ ਜ਼ੁਲਮ ਦਾ ਬਦਲਾ ਨਹੀਂ ਉਹਨਾਂ ਤੋਂ ਲਿਆ ਜਾਂਦਾ ਬਹਾਦਰ ਸ਼ਾਹ ਨੇ ਸਤਿਗੁਰਾਂ ਕੋਲੋਂ ਮਦਦ ਲੈ ਕੇ ਰਾਜ ਲਿਆ ਔਰੰਗਜ਼ੇਬ ਦੇ ਪੁੱਤਰ ਨੇ ਤੇ ਪ੍ਰਧਾਨ ਮੰਤਰੀ ਬਣਿਆ ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਆਖਿਆ ਸਿੱਖਾਂ ਦੇ ਕਾਤਲ ਦੇ ਦੇ ਸੂਬੇ ਸਰਹੰਦ ਨੇ ਜ਼ੁਲਮ ਕੀਤਾ ਸਾਨੂੰ ਦੇ ਦੇ ਤੇ ਆਲੇ ਤਾਲੇ ਹੀ ਕਰਦਾ ਰਿਹਾ ਪਰ ਜਦੋਂ ਸਤਿਗੁਰਾਂ ਨੇ ਅਣਖੀ ਅਤੇ ਕੁਰਬਾਨੀ ਕਰਨ ਵਾਲੇ ਜਿਹੜਾ ਸੇਵਕ ਸਤਿਗੁਰਾਂ ਦੀ ਚਰਨ ਸ਼ਰਨ ਵਿੱਚ ਆ ਗਿਆ ਬੰਦੇ ਬਹਾਦਰ ਨੂੰ ਪੰਜ ਤੀਰ ਪੰਜ ਸਿੰਘ ਤੇ ਥਾਪੜਾ ਦੇ ਕੇ ਬਖਸ਼ੇ ਦੇ ਕੇ ਤੋਰਿਆ ਜਦੋਂ ਸਰਹੰਦ ਦੀ ਇੱਕ ਨਾਲ ਇੱਕ ਗੁਰੂ ਕੇ ਪਿਆਰੇ ਨੇ ਸਤਿਗੁਰਾਂ ਦੀ ਬਖਸ਼ੇ ਸਦਕਾ ਖੜਕਾਈ ਉਹੀ ਬਹਾਦਰ ਸ਼ਾਹ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਲੱਭ ਕੇ ਮਿਲਣ ਗਿਆ ਜਿੱਥੇ ਹਜ਼ੂਰ ਸਾਹਿਬ ਗੁਰਦੁਆਰਾ ਹੀਰਾ ਘਾਟ ਵਾਲਿਆਂ ਨੂੰ ਉੱਥੇ ਪਹੁੰਚਿਆ ਜਾ ਕੇ ਸਤਿਗੁਰ ਸੱਚੇ ਪਾ ਨਗੀਨਾ ਘਾਟ ਸਤਿਗੁਰਾਂ ਨੂੰ ਨਗੀਨਾ ਭੇਟ ਕੀਤਾ ਇਹ ਸੀ ਦਰਸ਼ਨਾ ਦੇਣੀ ਕਿ ਮੈਂ ਬਹੁਤ ਵਧੀਆ ਚੀਜ਼ ਭੇਟ ਕਰਾਂਗੇ ਫਿਰ ਸਤਿਗੁਰੂ ਮੇਰਾ ਵਚਨ ਮੰਨ ਲੈਣਗੇ ਮੇਰੀ ਬੇਨਤੀ ਮੰਨ ਲੈਣਗੇ ਸਤਿਗੁਰਾਂ ਨੇ ਉਹ ਨਗੀਨਾ ਆਪਣੇ ਹੱਥ ਵਿੱਚ ਰੱਖਿਆ ਤੇ ਬਹਾਦਰ ਸ਼ਾਹ ਨੇ ਬੇਨਤੀ ਆਰੰਭ ਕੀਤੀ ਸਤਿਗੁਰੂ ਸੁਣ ਰਹੇ ਬਹਾਦਰ ਸ਼ਾਹ ਜੀ ਦਾ ਮਹਾਰਾਜ ਬੰਦੇ ਬਹਾਦਰ ਨੂੰ ਵਾਪਸ ਬੁਲਾ ਲਓ ਸਤਿਗੁਰ ਕਹਿੰਦੇ ਕਾਰਨ ਕੀ ਬਹਾਦਰ ਸ਼ਾਹ ਕਹਿੰਦਾ ਜੀ ਉਹ ਬੱਚੇ ਦੇ ਬੁੱਢਿਆਂ ਕਿਸੇ ਨੂੰ ਵੀ ਨਹੀਂ ਬਖਸ਼ਦਾ ਉਹਨੇ ਬਹੁਤ ਤਰਥਲੀ ਮਚਾ ਦਿੱਤੀ ਆ ਤੇ ਉਹਨੂੰ ਰੋਕਣ ਵਾਲੀ ਕੋਈ ਤਾਕਤ ਨੇ ਉਹ ਵਾਪਸ ਕਰ ਲੋ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ ਜਵਾਬ ਦੇਣ ਤੋਂ ਪਹਿਲਾਂ ਕਿਉਂਕਿ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਦੀ ਪੀਰ ਪਛਾਣ ਸੱਚੇ ਪਾਤਸ਼ਾਹ ਮਹਾਰਾਜ ਇਹਦੇ ਦਿਲ ਦੀ ਜਾਣਦੇ ਸੀ ਉਹ ਜਵਾਬ ਦੇਣ ਤੋਂ ਪਹਿਲਾਂ ਜਿਹੜਾ ਨਗੀਨਾ ਸੀ ਭੁਆ ਕੇ ਨਦੀ ਵਿੱਚ ਮਾਰਿਆ ਜਦੋਂ ਨਦੀ ਦੇ ਵਿੱਚ ਮਾਰਿਆ ਤੇ ਸਤਿਗੁਰਾਂ ਨੇ ਆਖਿਆ ਬਹਾਦਰ ਸ਼ਾਹ ਤੈਨੂੰ ਬਹੁਤ ਸਮਾਂ ਦਿੱਤਾ ਹੈ ਕਿ ਕਾਤਲ ਜਿਹੜੇ ਨੇ ਸਾਡੇ ਹਵਾਲੇ ਕਰਦੇ ਉਹਨਾਂ ਨੂੰ ਸਜ਼ਾ ਦੇ ਦੇ ਇਹ ਸਿੱਖਿਆ ਸੀ ਸਾਡੇ ਵਾਸਤੇ ਗੁਰੂ ਪਿਆਰਿਓ ਸਤਿਗੁਰਾਂ ਨੂੰ ਪਤਾ ਸੀ ਸਾਨੂੰ ਸਿੱਖਿਆ ਦੇਣ ਵਾਸਤੇ ਸਤਿਗੁਰਾਂ ਨੇ ਜੋ ਕਾਤਲ ਕੀਤੇ ਨੇ ਇਹ ਪਤਾ ਸੀ ਸਾਨੂੰ ਗੁਰੂ ਪਿਆਰਿਓ ਕੀ ਗਾਂ ਹੋਣਾ ਹੈ 1978 ਵਿੱਚ ਸਿੱਖਾਂ ਦੀ ਸਰਕਾਰ ਹੋਵੇ ਤੇ ਸਿੱਖੀ ਲਈ ਸਿੱਖ ਸ਼ਹੀਦ ਹੋਏ ਹੋਣ ਤੇ ਸਿੱਖਾਂ ਦਾ ਕਾਤਲ ਸਿੱਖਾਂ ਦੇ ਰਾਜ ਵਿੱਚ ਅੰਮ੍ਰਿਤਸਰ ਸਾਹਿਬ ਗੁਰੂ ਕੀ ਨਗਰੀ ਵਿੱਚ 13 ਸਿੰਘਾਂ ਨੂੰ ਸ਼ਹੀਦ ਕਰਕੇ 78 ਨੂੰ ਜ਼ਖਮੀ ਕਰਕੇ ਬਿਨਾਂ ਗ੍ਰਿਫਤਾਰੀ ਤੋਂ ਦਿੱਲੀ ਪਹੁੰਚ ਗਏ ਤੇ ਕੀ ਕਾਰਨ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਦੱਸਿਆ ਸੀ ਕਿ ਵੋਟਾਂ ਨਾਲ ਬਣਿਆ ਹੋਇਆ ਮਨੁੱਖ ਕੌਮ ਤੇ ਧਰਮ ਦਾ ਬਦਲਾ ਨਹੀਂ ਲੈ ਸਕਦਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਸਮਾਂ ਹੁੰਦਾ ਹੈ ਜਦੋਂ ਗੁਲਾਮੀ ਦੇ ਵਿੱਚ ਕਿਸੇ ਕੋਲ ਰਾਜ ਹੋਵੇ ਭਾਵੇਂ ਪੰਜਾਬ ਵਿੱਚ ਕਿਸੇ ਦਾ ਵੀ ਰਾਜ ਹੋਵੇ ਚਾਹੇ ਸਿੱਖ ਦਾ ਤੇ ਚਾਹੇ ਹੋਰ ਕਿਸੇ ਦਾ ਪਰ ਗੁਲਾਮ ਦਿੱਲੀ ਦੇ ਅੰਦਰ ਜਿੰਨਾ ਚਿਰ ਰਹੂਗਾ ਉਹ ਧਰਮ ਦੀ ਤੇ ਕੌਮ ਦੀ ਰਾਖੀ ਨਹੀਂ ਕਰ ਸਕੂਗਾ ਗੁਰਮੁਖ ਪਿਆਰਿਓ ਮਹਾਰਾਜਾ ਦਲੀਪ ਹੈ ਰਾਜਾ ਪਰ ਗੁਲਾਮ ਹੈ ਅੰਗਰੇਜ਼ਾਂ ਦਾ ਪੁੱਤ ਰਾਜਾ ਹੈ ਤੇ ਮਾਂ ਦੀ ਤਲਾਸ਼ੀ ਵਸਤਰ ਲਾ ਕੇ ਕੀਤੀ ਜਾ ਰਹੀ ਮਹਾਰਾਣੀ ਕਹਿੰਦਾ ਦੀ ਤਲਾਸ਼ੀ ਚਨਾਰ ਦੇ ਕਿਲੇ ਵਿੱਚ ਉਹਦੇ ਵਸਤਰ ਉਤਾਰ ਕੇ ਉਸਦੀ ਤਲਾਸ਼ੀ ਲੈ ਕੇ ਨੂੰ ਕੈਦ ਵਿੱਚ ਪਾਇਆ ਗਿਆ ਪੁੱਤਰ ਰਾਜਾ ਹੈ ਗੁਰਮੁਖ ਪਿਆਰਿਓ ਇਹ ਹਾਲਾਤ ਅੱਜ ਸਾਡੇ ਨੇ ਕਾਂਗਰਸ ਦੇ ਵਿੱਚ ਸਿੱਖ ਨਾਮ ਵਾਲੇ ਚੀਫ ਮਿਨਿਸਟਰ ਹੋਣਗੇ ਪਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੱਗਾਂ ਲੱਗ ਰਹੀਆਂ ਨੇ ਕਾਤਲ ਫੜਿਆ ਨਹੀਂ ਜਾ ਰਿਹਾ ਗੁਰਮੁਖ ਪਿਆਰਿਓ ਸਿੱਖ ਬੱਚੇ ਬੱਚੀਆਂ ਦਾ ਕਤਲ ਹੋ ਰਿਹਾ ਤੇ ਕਿਸੇ ਕਾਤਲ ਨੂੰ ਸਜ਼ਾ ਨਹੀਂ ਦਿੱਤੀ ਜਾ ਰਹੀ ਕਾਰਨ ਕੀ ਹੈ ਉਹ ਰਾਜ ਗੁਲਾਮੀ ਦਾ ਹੈ ਗੁਰਮੁਖ ਪਿਆਰਿਓ ਸਤਿਗੁਰੂ ਕਿਰਪਾ ਕਰੇ ਆਪਣਾ ਸਿੱਖਾਂ ਦਾ ਰਾਜ ਖਾਲਸੇ ਦਾ ਰਾਜ ਖਾਲਿਸਤਾਨ ਬਣਿਆ ਹੋਵੇ ਫਿਰ ਕਿਸੇ ਨੂੰ ਕੋਈ ਕਿਸੇ ਵੀ ਧਰਮ ਦੇ ਉੱਤੇ ਕੋਈ ਹਮਲਾ ਕਰਕੇ ਦਿਖਾ ਦੇ ਪਰ 40 ਸਾਲ ਦਾ ਰਾਜ ਇੱਕ ਸਿੱਖ ਦਾ ਮਹਾਰਾਜੇ ਰਣਜੀਤ ਸਿੰਘ ਦਾ ਰਿਹਾ ਨਾ ਮਸੀਤ ਕਿਸੇ
ਬਣਾਉਣ ਦੀ ਹੁਕਮ ਆਗਿਆ ਮੇਰੀ ਨਾ ਮੰਦਰ ਬਣਾਉਣ ਦੀ ਆਗਿਆ ਮੇਰੀ ਨਾ ਕਿਸੇ ਗੁਰੂ ਘਰ ਤੇ ਹਮਲਾ ਹੋਇਆ ਇੱਕ ਸਿੱਖ ਦਾ ਰਾਜ ਰਿਹਾ ਤੇ 40 ਸਾਲ ਦੇ ਰਾਜ ਵਿੱਚ ਇੱਕ ਵੀ ਮਨੁੱਖ ਨੂੰ ਫਾਂਸੀ ਨਹੀਂ ਲੱਗੀ ਤੇ 40 ਸਾਲ ਦੇ ਸਮੇਂ ਦੇ ਵਿੱਚ ਕੋਈ ਨਹੀਂ ਆਇਆ ਕਿਸੇ ਨੇ ਨਹੀਂ ਕਿਹਾ ਵੀ ਮੂਲ ਮੰਤਰ ਆ ਨਹੀਂ ਤੇ ਆਇਆ ਕਿਸੇ ਨੇ ਨਹੀਂ ਕਿਹਾ ਕਿ ਭਗਤ ਬਾਣੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਬਾਣੀ ਨੂੰ ਵੱਖਰੀ ਕਰ ਦੇਵਾਂਗੇ ਕਿਸੇ ਨੇ ਨਹੀਂ ਕਿਹਾ ਸਿੱਖਾਂ ਦੀਆਂ ਪੰਜ ਬਾਣੀਆਂ ਨੇ ਤਿੰਨ ਬਾਣੀਆਂ ਨੇ ਕਿਸੇ ਨੇ ਨਹੀਂ ਕਿਹਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੋਂ ਉਪਰੰਤ ਆਣ ਕੇ ਦਸਵਾਂ ਗ੍ਰੰਥ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾ ਨਹੀਂ ਕਿਉਂ ਨਹੀਂ ਕਿਹਾ ਕਿਉਂਕਿ ਆਪਣਾ ਰਾਜ ਸ਼ਿਕਰ ਨੂੰ ਪਿਆਰੇ ਹੋ ਆਪਣਾ ਰਾਜ ਪਿਆ ਦੇ ਸਾਡੇ ਪਿਆ ਦੇ ਸੋਈਆਂ ਜਿਹੜੀਆਂ ਨੇ ਲੱਗ ਰਹੀਆਂ ਨੇ ਪਰ ਇੱਕ ਯਾਦ ਰੱਖਿਓ ਸਿੱਖੋ ਮੂਲ ਮੰਤਰ ਇੱਕ ਹੈ ਉਹ ਇੱਕੋ ਵਾਰੀ ਆਇਆ ਤੇ ਇੱਕ ਹੀ ਰਹਿਣਾ ਕਹਿਣ ਵਾਲੇ ਬਹੁਤ ਆ ਕੇ ਚਲ ਗਏ ਨੇ ਇੱਥੇ ਹੀ ਰਹਿਣਾ ਜੋ ਮਰਜ਼ੀ ਕਰੀ ਜਾਣ ਦਸਵੇਂ ਗ੍ਰੰਥ ਦੀ ਬਾਣੀ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੀ ਹੈ ਪੰਜ ਬਾਣੀਆਂ ਸਿੱਖਾਂ ਦਾ ਨਿਤ ਨੇਮ ਹੈ ਘੱਟੋ ਘੱਟ ਸਵੇਰ ਦਾ ਤੇ ਗੁਰੂ ਕੇ ਪਿਆਰਿਓ ਇਸੇ ਤਰ੍ਹਾਂ ਹੀ ਰਹਿਣਾ ਮਨ ਮਤੀਏ ਆਉਣਗੇ ਤੇ ਜਾਂਦੇ ਰਹਿਣਗੇ ਪਰ ਸਮੇਂ ਸਮੇਂ ਦੇ ਨਾਲ ਅੱਜ ਖੁੰਬਾਂ ਖੜੀਆਂ ਦੀਆਂ ਜਾਗੀਆਂ ਉੱਠੀਆਂ ਨੇ ਕਿਉਂਕਿ ਸਿੱਖ ਕੌਮ ਲੰਘ ਗਈਆਂ ਜੰਜੀਰਾਂ ਵਿੱਚ ਜਾਦੀ ਜਕੜੀ ਹੋਈ ਹੈ ਪਰ ਸਮਾਂ ਆਵੇਗਾ ਗੁਰਮੁਖ ਪਿਆਰਿਓ ਕਿੱਥੇ ਅਰਜਨ ਦਾਸ ਤੇ ਲਲਿਤ ਮਾਧਵ ਵਰਗੇ ਕਹਿੰਦੇ ਸੀ ਸਾਡੀ ਹਵਾ ਵੱਲ ਨਹੀਂ ਕੋਈ ਵੇਖ ਸਕਦਾ ਸਤਿਗੁਰਾਂ ਨੇ ਭੇਜ ਦਿੱਤੇ ਉਹ ਦੀਵਾਨ ਚੰਦੂ ਜਦੋਂ ਪੰਜਵੇਂ ਪਾਤਸ਼ਾਹ ਦੇ ਸੀਸ ਤੇ ਤੱਤੀ ਰੇਤ ਪਵਾ ਰਿਹਾ ਸੀ ਨਾਲ ਨਾਲ ਕਹਿ ਰਿਹਾ ਸੀ ਸਤਿਗੁਰ ਮੇਰੀ ਗੱਲ ਮੰਨ ਦੋ ਅਜੇ ਵੀ ਪਾਤਸ਼ਾਹ ਵੀ ਕਹਿੰਦੇ ਪਰ ਉਹਨੂੰ ਉਹ ਚੇਤਾ ਹੀ ਨਹੀਂ ਸੀ ਵੀ ਛੇਵੇਂ ਪਾਤਸ਼ਾਹ ਮਹਾਰਾਜ ਨੇ ਆ ਕੇ ਨਾਤਿਕ ਨਕੇਲ ਕਿਵੇਂ ਪਾਉਣੀ ਇਹ ਗੱਲ ਤੇ ਆਖੋ ਸਤਨਾ ਅੱਜ ਵੀ ਜਿਹੜੇ ਗੁਰੂ ਕੀ ਬਾਣੀ ਤੇ ਤੇ ਗੁਰੂ ਕੇ ਸਿੱਖਾਂ ਉੱਤੇ ਇਹੋ ਜਿਹੀਆਂ ਤਸਵੀਰਾਂ ਕਰ ਰਹੇ ਨੇ ਇਹੋ ਜਿਹੀਆਂ ਤਰਜਮ ਕਰ ਰਹੇ ਨੇ ਉਹਨਾਂ ਲੋਕਾਂ ਨੂੰ ਸਰਕਾਰ ਦਾ ਆਸਰਾ ਹੈ ਸਰਕਾਰ ਦੀ ਮਦਦ ਹੈ ਪਰ ਇਹ ਸਰਕਾਰਾਂ ਸਦਾ ਨਹੀਂ ਰਹਿੰਦੀਆਂ ਹੁੰਦੀਆਂ ਖਾਲਸੇ ਦਾ ਜੋਰ ਸਦਾ ਹੀ ਰਹਿੰਦਾ ਪਿਆਰ ਨਾਲ ਆਖੋ ਸਤਨਾਮ ਸਮਾਂ ਆਵੇਗਾ ਪਰ ਪਿਆਰਿਆਂ ਦੀਆਂ ਗੱਲਾਂ ਕਹਿਣੀਆਂ ਕਿ ਬਾਣੀ ਦੀ ਯੋਗ ਨਹੀਂ ਤੇ ਕਿਹੜੇ ਯੁੱਗ ਵਿੱਚ ਕਹਿਣ ਰਹੇ ਨੇ ਜਿਸ ਯੁੱਗ ਵਿੱਚ ਘਰ ਘਰ ਦੇ ਅੰਦਰ ਟੈਲੀਵਿਜ਼ਨਾਂ ਰਾਹੀਂ ਲੱਚਰ ਪ੍ਰੋਗਰਾਮ ਆ ਰਹੇ ਨੇ ਡੁੱਕਣਾ ਇੱਥੇ ਸਾਡਾ ਕਹਿਣ ਦਾ ਇਹ ਕੰਮ ਨਹੀਂ ਗਾ ਪਰ ਆ ਰਹੇ ਨੇ ਗੰਦੇ ਰਸਾਲੇ ਘਰਾਂ ਚ ਲੋਕੀ ਛੇੜ ਰਹੇ ਨੇ ਰੇਡੀਓ ਦੇ ਉੱਤੋਂ ਗੰਦਾ ਪ੍ਰਚਾਰ ਆ ਰਿਹਾ ਹੈ ਲੋਕੀ ਸੁਣ ਰਹੇ ਨੇ ਲੋਕੀ ਪੜ੍ਹ ਰਹੇ ਨੇ ਗੰਦਾ ਲਿਟਰੇਚਰ ਤੇ ਇਹੋ ਜਿਹੇ ਸਮਿਆਂ ਦੇ ਵਿੱਚ ਪਿਓ ਧੀ ਨਾਲ ਨੱਚ ਰਿਹਾ ਗੁਰਮੁਖ ਪਿਆਰਿਓ ਭਾਈ ਭੈਣ ਨਾਲ ਨੱਚ ਰਿਹਾ ਟੈਲੀਆਂ ਤੇ ਦੇਖ ਲਓ ਤੇ ਪਾਰਟੀਆਂ ਦੇ ਵਿੱਚ ਦੁੱਖ ਨਾਲ ਗੱਲ ਕਹਿਣੀ ਪੈਂਦੀ ਹੈ ਤੇ ਇੱਥੋਂ ਤੱਕ ਮਨ ਮਤ ਵੱਧ ਗਈ ਬੱਚੀਆਂ ਦਾ ਮਾਂ ਦੇ ਗਰਭ ਵਿੱਚ ਹੀ ਕਤਲ ਕਰਨਾ ਲੋਕਾਂ ਨੇ ਸ਼ੁਰੂ ਕਰ ਦਿੱਤਾ ਗੁਰਮੁਖ ਪਿਆਰਿਓ ਇਹੋ ਜਿਹੇ ਪਾਪੀਆਂ ਨੂੰ ਕੋਈ ਵੀ ਇਹੋ ਜਿਹੀ ਗਲਤੀ ਕਰਦਾ ਤੇ ਗੁਰੂ ਕੇ ਪਿਆਰਿਓ ਕੋਈ ਰਿਸ਼ਤੇਦਾਰ ਹੈ ਕੋਈ ਹੈ ਪਹਿਲਾਂ ਤੇ ਹੱਥ ਜੋੜ ਕੇ ਬੇਨਤੀ ਕਰੋ ਵੀ ਇਹ ਪਾਪ ਦੇ ਰਸਤੇ ਨਾ ਕਰੀ ਜੇ ਕੋਈ ਤੁਰਦਾ ਦੇ ਨਾਲ ਮਿਲਣਾ ਵਰਤਣਾ ਛੱਡ ਦਿਓ ਕਿਉਂਕਿ ਸਿੱਖਾਂ ਨੂੰ ਤੇ ਹੁਕਮ ਹੈ ਕੁੜੀ ਮਾਂ ਤੇ ਨਰੀ ਮਾਂ ਨਾਲ ਰੋਟੀ ਤੇ ਬੇਟੀ ਦੀ ਸਾਂਝ ਨਹੀਂ ਰੱਖਣੀ ਇਹ ਆਪਾਂ ਨੂੰ ਗੁਰੂ ਦਾ ਹੁਕਮ ਹੈ ਗੁਰਮੁਖ ਪਿਆਰਿਓ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਰਹਿਮਤ ਕਰਨ ਤੇ ਕਲਯੁਗ ਦੇ ਸਮੇਂ ਵਿੱਚ ਬਾਪ ਤੇ ਧੀ ਨੱਚ ਰਹੇ ਨੇ ਭੈਣ ਤੇ ਭਰਾ ਨੱਚ ਰਹੇ ਨੇ ਨੌ ਅਤੇ ਸੋਹਰਾ ਨੱਚ ਰਹੇ ਨੇ ਇਹੋ ਜਿਹੀਆਂ ਅਸ਼ਲੀਲ ਗੱਲਾਂ ਜਿਹੜੀਆਂ ਨੇ ਉਹ ਲੋਕ ਕਰ ਰਹੇ ਨੇ ਤੇ ਇਸ ਸਮੇਂ ਦੇ ਵਿੱਚ ਇਹ ਕਹਿਣਾ ਕਿ ਗੁਰੂ ਦਸਵੇਂ ਗ੍ਰੰਥ ਦੇ ਵਿੱਚ ਵੀ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਉਹ ਗੱਲਾਂ ਲਿਖੀਆਂ ਨੇ ਜਿਹੜੀਆਂ ਪਰ ਇਹਨਾਂ ਲੋਕਾਂ ਦਾ ਪਾਦ ਖੋਲਿਆ ਜਿਹੜੇ ਲੋਕ ਕਹਿਣ ਨੂੰ ਕੁਝ ਕੋਸ਼ਿਸ਼ ਦੇ ਕਰਨ ਨੂੰ ਕੋਸ਼ਿਸ਼ ਸਿੱਖਾਂ ਨੂੰ ਸਿੱਖਿਆ ਦਿੱਤੀ ਗੁਰਮੁਖ ਪਿਆਰਿਓ ਚਰਿੱਤਰਾਂ ਦੀ ਕਥਾ ਕੰਨ ਤੇ ਸੁਣਨ ਵਾਲਾ ਗੁਰਮੁਖ ਪਿਆਰਿਓ ਧੋਖਾ ਖਾ ਨਹੀਂ ਸਕਦਾ ਕਿਸੇ ਜਾਲ ਚ ਫਸ ਨਹੀਂ ਸਕਦਾ ਇਹ ਸਤਿਗੁਰਾਂ ਨੂੰ ਸਿੱਖਿਆ ਹੈ ਸੋ ਗੁਰੂ ਕੇ ਪਿਆਰਿਓ ਬੇਨਤੀਆਂ ਤਾਂ ਕਰਨੀਆਂ ਪੈਂਦੀਆਂ ਨੇ ਕਿਉਂਕਿ ਅੱਜ ਸਾਡੇ ਉੱਤੇ ਇਸ ਗੱਲਾਂ ਦੇ ਵਾਰ ਹੋ ਰਹੇ ਨੇ ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਰਹਿਮਤ ਕਰਨਗੇ ਜਿਹੜੇ ਲੋਕ ਇਹ ਵਾਰ ਕਰਦੇ ਨੇ ਉਹਨਾਂ ਨੂੰ ਚੇਤਾ ਰੱਖਣਾ ਚਾਹੀਦਾ ਹੈ ਕਿ ਸੂਬੇ ਸਰਹੰਦ ਦੀ ਵਾਰੀ ਆ ਸਕਦੀ ਆ ਦੀਵਾਨ ਚੰਦੂ ਦੀ ਵਾਰੀ ਆ ਸਕਦੀ ਆ ਲਲਿਤ ਮਾਧਵ ਅਰਜਨ ਦਾਸ ਤੇ ਇੰਦਰਾ ਗਾਂਧੀ ਦੀ ਵਾਰੀ ਆ ਸਕਦੀ ਆ ਜੇ ਬੇਅੰਤੇ ਦੀ ਵਾਰੀ ਆ ਸਕਦੀ ਜਿਹੜਾ ਕਹਿੰਦਾ ਸੀ ਵੀ ਸਿੱਖਾਂ ਮੈਂ ਸ਼ੇਰੇ ਪੰਜਾਬ ਆ ਗਿਆ ਪੰਜਾਬ ਸ਼ਾਂਤੀ ਕਰਾਤੀ ਜੇ ਉਹਦੀ ਵਾਰੀ ਆ ਸਕਦੀ ਆ ਫੌਜਾਂ ਦੇ ਜਰਨੈਲ ਜਨਰਲ ਵੈਦੇ ਦੀ ਵਾਰੀ ਆ ਸਕਦੀ ਆ ਉਹ ਏਦਾਂ ਦੇ ਲੇਖ ਲਿਖਣ ਵਾਲੇ ਤੁਸੀਂ ਕਿਹੜੇ ਬਾਤ ਦੀਆਂ ਮੋਟੀਆਂ ਸਮਾਂ ਆ ਜਾਣਾ ਫਿਰ ਪਛਤਾਉਣ ਨਾਲੋਂ ਪਹਿਲਾਂ ਹੀ ਸਮਝ ਲਓ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਰਹਿਮਤ ਕਰਨ ਇਹ ਗੁਰੂ ਕੇ ਪਿਆਰੇ ਜਿਹਨਾਂ ਨੂੰ ਤਾਨੇ ਵੱਜ ਰਹੇ ਸੀ ਤਾਨੇ ਮਾਰਨ ਵਾਲਿਆਂ ਦੋਵਾਂ ਨੂੰ ਸਤਿਗੁਰੂ ਕੇ ਪਿਆਰਿਆਂ ਨੇ ਐਨ
شانت چت کر کے گئے نے نال دے ساتھیاں نوں وی تے ہن دلی دے وچ تے چوکسی ہو گئی بہت تے گرمکھ پیاریاں نے پھر ہن لبیا جرنل ایس لبیا اینوں لبدیاں لبدیاں کونے پونتے نیڑے پیار ہویا سی اپنی کوٹھی پا کے دے وچ رہیا تے کوٹھی لب لئی ہردندر سنگھ گنگا سنگدیو سنگھ سکھا اپنی چٹھیاں وچ گل لکھدے نے ਕਹਿੰਦੇ ਜਦੋਂ ਅਸੀਂ ਕੋਠੀ ਲੱਭ ਲਈ ਜਦੋਂ ਸਮਾਂ ਬਣਾਇਆ ਵੀ ਚੱਲੀਏ ਨੂੰ ਵੀ ਮਿਲਦੇ ਆਈਏ ਵੀ ਉਹਦਾ ਵੀ ਲੇਖਾ ਨਵੇੜੇ ਹੈਗੇ ਜ਼ਿੰਦਗੀ ਦਾ ਪਤਾ ਨਹੀਂ ਹੁੰਦਾ ਜਦੋਂ ਕਹਿੰਦਾ ਉੱਥੇ ਗਏ ਤੇ ਉਹ ਕੋਠੀ ਬਦਲ ਗਿਆ ਉਹ ਤੇ ਹੁਣ ਧੰਨ ਕੁਰਬਾਨੀ ਉਹਨਾਂ ਦੀ ਬੋਲੀ ਵੀ ਨਹੀਂ ਆਉਂਦੀ ਉਸ ਇਲਾਕੇ ਦੀ ਉਹਨੇ ਦੀ ਕਿਉਂਕਿ ਆਪਣੇ ਦੇਸ਼ ਵਿੱਚ ਬੋਲੀਆਂ ਬਹੁਤ ਨੇ ਬੋਲੀ ਵੀ ਕਹਿੰਦੇ ਨਾ ਆਵੇ ਸੀ ਤੇ ਕਹਿੰਦਾ ਨੌਕਰ ਨੂੰ ਪੁੱਛਿਆ ਸਾਹਿਬ ਕਿੱਥੇ ਗਿਆ ਸਾਹਿਬ ਤੇ ਉਹਨੂੰ ਸਾਡੀ ਨਾ ਸਮਝ ਲੱਗੇ ਕਹਿੰਦੇ ਉਹਦੀ ਸਾਨੂੰ ਨਾ ਸਮਝ ਲੱਗੇ ਪਰ ਸਤਿਗੁਰਾਂ ਨੇ ਇੱਜ਼ਤ ਬਣਾਉਣੀ ਸੀ ਕਹਿੰਦੇ ਉਹਨੇ ਇਸ਼ਾਰਾ ਕਰ ਦਿੱਤਾ ਹੱਥ ਮਾਰ ਕੇ ਦੱਸਿਆ ਵੀ ਇੰਨੀਆਂ ਗੋਲੀਆਂ ਕਹਿੰਦਾ ਉਹਨੇ ਇਸ਼ਾਰਾ ਕੀਤਾ ਵੀ ਗਾਂਹ ਕੋਲ ਆਉਣਾ ਕੋਲ ਤੋਂ ਗਾਂਹ ਖੱਬੇ ਮੁੜ ਕੇ ਜਦੋਂ ਨਵੀਂ ਕਲੋਨੀ ਬਣੀ ਉਹਨਾਂ ਦੇ ਵਿੱਚ ਆ ਕਹਿੰਦਾ ਵੀ ਪਤਾ ਮੈਨੂੰ ਬਣੀ ਅਸੀਂ ਕਹਿੰਦਾ ਬਹੁਤ ਦਿਨ ਗੇੜੇ ਮਾਰਦੇ ਰਹੇ ਗੇੜੇ ਮਾਰਦਿਆਂ ਮਾਰਦਿਆਂ ਇੱਕ ਦਿਨ ਕਹਿੰਦੇ ਐਸਾ ਆਇਆ ਸਾਨੂੰ ਉਹ ਕਾਰ ਦਿਸੀ ਜਿਹੜੀ ਕਾਰ ਅਸੀਂ ਵੈਦਿਆ ਕੋਲ ਪਹਿਲਾਂ ਵੇਖੀ ਸੀ ਕਹਿੰਦਾ ਮੈਂ ਕਿਹਾ ਜਿੰਦਿਆ ਕਾਰ ਉਹਦੇ ਵਾਲੀ ਲੱਗਦੀ ਆ ਚੱਲ ਗੇੜੇ ਦੋ ਹੋਰ ਮਾਰ ਲਈ ਕਹਿੰਦਾ ਦੂਜਾ ਜਿਹੜਾ ਮੋਟਰਸਾਈਕਲ ਫਿਰ ਦਿੱਤਾ ਫਿਰ ਕਹਿੰਦਾ ਉਹਦਾ ਬਾਡੀਗਾਰਡ ਬਾਹਰ ਖੜਾ ਕਹਿੰਦਾ ਫਿਰ ਕਿਉਂਕਿ ਸਿਆਣੇ ਹੁੰਦੇ ਨੇ ਕੁਰਬਾਨੀ ਕਰਨ ਵਾਲੇ ਸੂਰ ਨੇ ਮਤ ਸਤਿਗੁਰਾਂ ਦੀ ਹੁੰਦੀ ਹੈ ਉਹਨਾਂ ਨੂੰ ਉਦਾਂ ਕੁਰਬਾਨੀ ਕਰਨੀ ਬਹੁਤ ਔਖੀ ਹੈ ਗੁਰਦੇਵ ਦੀ ਮਤ ਤੋਂ ਬਿਨਾਂ ਸਤਿਗੁਰੂ ਜੀ ਦੀ ਮਿਹਰ ਤੋਂ ਬਿਨਾਂ ਇਹ ਸੇਵਾ ਨਹੀਂ ਕਿਸੇ ਦੇ ਹਿੱਸੇ ਆ ਸਕਦੀ ਉਹ ਮਤ ਨੇ ਕੰਮ ਦਿੱਤਾ ਕਹਿਣ ਲੱਗਾ ਜਿੰਦਿਆ ਬਾਡੀ ਗਾਰਡ ਬਾਹਰ ਖੜਾ ਉਹੀ ਗੱਲ ਬਸ ਕਹਿੰਦਾ ਜੇ ਉਹ ਨਹੀਂ ਤੇ ਉਹ ਨਹੀਂ ਕਹਿੰਦਾ ਜੇ ਉਹ ਸੀ ਤੇ ਉਹ ਵੀ ਹੈ ਕਹਿੰਦਾ ਹੁਣ ਇਹ ਬਾਹਰ ਆਇਆ ਤੇ ਉਹਨਾਂ ਨੇ ਵੀ ਆਉਣਾ ਬਸ ਕਹਿੰਦਾ ਅਸੀਂ ਉਸੇ ਵੇਲੇ ਤਿਆਰੀ ਕਰ ਲਈ ਇੱਕ ਦਿਨ ਇਹਨਾਂ ਨੂੰ ਕਹਿੰਦਾ ਪਹਿਲਾਂ ਦੁਕਾਨ ਤੇ ਦੇਖਿਆ ਸੀ ਤੇ ਉਸ ਦਿਨ ਕਹਿੰਦਾ ਦੇਖਣ ਤੇ ਕਹਿੰਦਾ ਸਮਾਨ ਹੈ ਸੀ ਨਾਲੇ ਕੱਲਾ ਸੀ ਕਹਿੰਦਾ ਉੱਧਰ ਸ਼ਿਕਾਰ ਲੰਘ ਗਿਆ ਅੱਜ ਜਦੋਂ ਕਹਿੰਦਾ ਇਹ ਬਾਡੀਗਾਰਡ ਦੇਖਿਆ ਸੀ ਆਖਿਆ ਵੀ ਹੁਣ ਇਹ ਦੂਜਾ ਗੇੜਾ ਦਿੱਤਾ ਸੀ ਦੂਜੇ ਗੇੜੇ ਕਹਿੰਦੇ ਜਦੋਂ ਦੇਖਿਆ ਤੇ ਜਰਨਲ ਵੈਦਿਆ ਆਪਣੀ ਕਾਰ ਚ ਬਹਿ ਗਿਆ ਸਾਡੇ ਸਾਹਮਣੇ ਇਹਦੇ ਨਾਲ ਜੇ ਘਰ ਆਈ ਬੈਠ ਗਈ ਇਹਨਾਂ ਦੇ ਪਿੱਛੇ ਕਾਰ ਵਿੱਚ ਪਿਛਲੀ ਸੀਟ ਦੇ ਉੱਤੇ ਬਾਡੀਗਾਰਡ ਗੰਨ ਲੈ ਕੇ ਬਹਿ ਗਿਆ ਤੇ ਉਹਨੇ ਸ਼ਹਿਰ ਨੂੰ ਤੁਰ ਪਏ ਅਸੀਂ ਇਹਨਾਂ ਦੇ ਮਗਰ ਮਗਰੇ ਅੱਗੇ ਅੱਗੇ ਕਹਿੰਦੇ ਇਹਨਾਂ ਨੇ ਸ਼ੋਪਿੰਗ ਕੀਤੀ ਸ਼ੋਪਿੰਗ ਕਰਦਿਆਂ ਕਰਦਿਆਂ ਜਦੋਂ ਇਹ ਮੋੜੇ ਤੇ ਇੱਕ ਸਬਜ਼ੀ ਵਾਲੀ ਦੁਕਾਨ ਦੇ ਕੋਲ ਇਹਨਾਂ ਨੇ ਕਾਰ ਖੜੀ ਕੀਤੀ ਤੇ ਸਬਜ਼ੀ ਖਰੀਦੀ ਔਰ ਸਬਜ਼ੀ ਖਰੀਦ ਕੇ ਜਦੋਂ ਦੁਬਾਰਾ ਇਹ ਕਾਰ ਵਿੱਚ ਬੈਠੇ ਸਾਡਾ ਕਹਿੰਦਾ ਮੋਟਰਸਾਈਕਲ ਕੋਈ ਸਟਾਰਟ ਨਹੀਂ ਹੁੰਦੀ ਸਾਡੀ ਪ੍ਰੋਬਲਮ ਸੀ ਇਹ ਗੱਲ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਸੁਖਦੇਵ ਸਿੰਘ ਸੁੱਖਾ ਆਪਣੀਆਂ ਜੇਲ੍ਹ ਚਿੱਠੀਆਂ ਵਿੱਚ ਜੋ ਸਿੰਘ ਸੰਗਤਾਂ ਸਿੰਘਾਂ ਦੇ ਨਾਮ ਆਈਆਂ ਜਿਹਨਾਂ ਦਾ ਉਹਨਾਂ ਨਾਲ ਮਿਲਾਪ ਸੀ ਇੰਗਲੈਂਡ ਵੀ ਇਹ ਚਿੱਠੀਆਂ ਆਈਆਂ ਅਜੇ ਹੂਬ ਹੂਬਨ ਦੀਆਂ ਹੱਥ ਲਿਖਤ ਕਾਪੀਆਂ ਸਿੰਘਾਂ ਨੇ ਚਿੱਠੀਆਂ ਜਿਹੜੀਆਂ ਸਾਹਮਣੇ ਰੱਖੀਆਂ ਨੇ ਕਿਉਂਕਿ ਇੱਕ ਇਤਿਹਾਸ ਹੈ ਤੇ ਉਹਨਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪਿਆਰਿਆਂ ਦਾ ਇਹ ਸਬੂਤ ਹੈ ਬਖਸ਼ਿਸ਼ ਹਨ ਸੋ ਸਤਿਗੁਰੂ ਕੇ ਪਿਆਰੇ ਉਹ ਜਦੋਂ ਕਹਿੰਦੇ ਸਾਨੂੰ ਸਕੂਟਰ ਮੋਟਰਸਾਈਕਲ ਦੀ ਸਟਾਰਟਿੰਗ ਵਿੱਚ ਪ੍ਰੋਬਲਮ ਸੀ ਬੰਦ ਨਾ ਕਰ ਸਕੇ ਤੇ ਸਟਾਰਟ ਹੀ ਰੱਖਿਆ ਤੇ ਪਾਰਕਿੰਗ ਵਾਲਾ ਆਇਆ ਕਹਿੰਦਾ ਇੱਥੇ ਸਟਾਰਟ ਨਹੀਂ ਮੋਟਰਸਾਈਕਲ ਰੱਖ ਸਕਦੇ ਆਗੇ ਬੂਟੋ ਆਗੇ ਜਾਓ ਤੇ ਕਹਿੰਦੇ ਕੋਈ ਗੱਲ ਨੀ ਅਸੀਂ ਬੂਟਣ ਵਾਲਾ ਹੀ ਹਾਂ ਤੂੰ ਬਾਹਰ ਤੰਗ ਨਾ ਹੋ ਕਹਿੰਦਾ ਮਿੰਟ ਦੋ ਹੀ ਲੱਗਣੇ ਨੇ ਅਸੀਂ ਚਲੇ ਹੀ ਜਾਣਾ ਪਿਆਰ ਨਾਲ ਕੋਈ ਸੱਤ ਨਾ ਉਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਕਿਰਪਾ ਦੇ ਨਾਲ ਉਹਨੂੰ ਸਬਜ਼ੀ ਲੈ ਕੇ ਉਹ ਵੀ ਬਾਹਰ ਆ ਗਏ ਜਦੋਂ ਉਹ ਬਾਹਰ ਆਏ ਕਾਰ ਚ ਬੈਠੇ ਨੇ ਕਹਿੰਦਾ ਫਿਰ ਅਸੀਂ ਸਤਿਗੁਰਾਂ ਦੇ ਚਰਨਾਂ ਵਿੱਚ ਕੀਤੀ ਅਰਦਾਸ ਕਿ ਸਤਿਗੁਰ ਅੱਜ ਇਹ ਸੇਵਾ ਜਿਹੜੀ ਆ ਪ੍ਰਵਾਨ ਹੋ ਜਾਵੇ ਇਹ ਆਪਣੇ ਘਰ ਹੀ ਅੱਜ ਪਹੁੰਚਣਾ ਚਾਹੀਦਾ ਦੇਸ ਨੇ ਹਜ਼ਾਰਾਂ ਸਿੱਖ ਗੁਰੂ ਕੇ ਦਰਸ਼ਨ ਕਰਨ ਗਏ ਆਪਣੇ ਘਰਾਂ ਤੋਂ ਮੁੜ ਕੇ ਘਰ ਨਹੀਂ ਪਰਤਣ ਦਿੱਤੇ ਕਿਹੜੀਆਂ ਫੌਜਾਂ ਨੇ ਕੋਈ ਵੀ ਬੰਦਾ ਉੱਥੇ ਬਖਿਆ ਨਹੀਂ ਕੌਣ ਬਚਿਆ ਸੀ ਹਰਿਮੰਦਰ ਸਾਹਿਬ ਚੋਂ ਜਿਹਨੂੰ ਕਿਤੇ ਕੋਈ ਟੁੱਟੀ ਭੱਜੀ ਜੁੱਤੀ ਮਿਲ ਗਈ ਜਿਹੜਾ ਵੀ ਨੰਗੇ ਪੈਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਦੇਖਿਆ ਨਾ ਫੌਜਾਂ ਨੇ ਜਿਉਂਦਾ ਨਹੀਂ ਛੱਡਿਆ ਕਿਉਂ ਨਹੀਂ ਛੱਡਿਆ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਜਿਹੜਾ ਵੀ ਸਿੱਖ ਹਰਿਮੰਦਰ ਸਾਹਿਬ ਜਾਂਦਾ ਜੋੜਾ ਉਤਾਰ ਕੇ ਜਾਂਦਾ ਤੇ ਜਿਹੜਾ ਬਾਹਰ ਕੋਈ ਕੋਈ ਭਾਵੇਂ ਗਰੀਬੀ ਕਾਰ ਵੀ ਨੰਗੇ ਪੈਰੀ ਸੀ ਉਹ ਵੀ ਇਸ ਫੌਜ ਦੇ ਕਹਿਰ ਦਾ ਸ਼ਿਕਾਰ ਬਣ ਗਿਆ ਤੇ ਇਹ ਵੀ ਦਰਬਾਰ ਸਾਹਿਬ ਤੇ ਮੱਥਾ ਟੇਕ ਕੇ ਆਇਆ ਵੀ ਗੋਲੀ ਨਿਸ਼ਾਨੇ ਬਣੇ ਹੁਕਮ ਸੀ ਜਨਰਲ ਇਸ ਵੈਲਿਆ ਦਾ ਪਰ ਸਤਿਗੁਰੂ ਕੇ ਪਿਆਰੇ ਕਹਿਣ ਲੱਗੇ ਸੱਚੇ ਪਾਤਸ਼ਾਹ ਜਿਹਨੇ ਦਰਸ਼ਨ ਤੇ
ਸਤਿਗੁਰੂ ਜੀ ਕਿਰਪਾ ਕਰਿਓ ਕਿ ਅੱਜ ਸਬਜ਼ੀ ਲੈ ਕੇ ਜਿਉਂਦਾ ਘਰ ਨਾ ਜਾਵੇ, ਮੇਰ ਦਾ ਹੱਥ ਰੱਖੇ ਤੇ ਕਿਵੇਂ ਕਿਵੇਂ ਗੁਰੂ ਨੂੰ ਪਿਆਰੇ ਲੱਭਿਆ ਤੇ ਕਿਵੇਂ ਕਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਵਿਧ ਬਣਾਈ, ਪਰ ਗੁਰੂ ਕੇ ਪਿਆਰੇ ਲਾਲਾ ਜਿਹਨਾਂ ਦੀ ਆਪਾਂ ਯਾਦ ਮਨਾ ਰਹੇ ਹਾਂ। ਸੁਣੀਏ ਪਿਆਰ ਦੇ ਨਾਲ ਜਨਰਲ ਏ ਇਸ ਵੇਲੇ ਆ ਲੱਖਾਂ ਫੌਜਾਂ ਦਾ ਮਾਲਕ, ਸਿੱਖੀ ਦੇ ਕਹਿਰ ਕਮਾਉਣ ਵਾਲਾ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦੋ ਬਾਜਾਂ ਨੇ ਕਹਿਣ ਤੋਂ ਲਾਭ ਦੇਖਾ ਲਿਆ। Baby!
ਸਰ ਸੱਚੇ ਪਾਤਸ਼ਾਹ ਜੀ ਦਾ ਅਗਨ ਭੇਟ ਕਰਵਾਉਣ ਵਾਲਾ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਹੱਥ ਲਿਖਤ ਹੁਕਮਨਾਮੇ ਸਿੱਖਾਂ ਪ੍ਰਤੀ ਜੋ ਲਿਖੇ ਉਹ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਪਏ ਸਨ। ਵੱਧ ਮੁੱਲੀਆਂ ਲਿਖਤਾਂ ਸਤਿਗੁਰੂ ਪਿਆਰੇ ਦੇ ਖਾਲਸੇ ਦੇ ਨਾਮ ਦੇ ਉੱਤੇ ਲਿਖੀਆਂ ਹੋਈਆਂ ਔਰ ਇਹਨਾਂ ਲੋਕਾਂ ਨੇ ਇਸ ਮੁਖੀ ਦੇ ਕਹਿਣ ਦੇ ਉੱਤੇ ਅਗਨ ਬੰਬ ਸਿੱਖ ਸਿੱਟ ਕੇ ਸਿੱਖ ਰੈਫਰੈਂਸ ਲਾਇਬ੍ਰੇਰੀ ਸਾਰੀ ਅਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੇ ਸਰੂਪ ਕੋਠਾ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਨੂੰ ਢਾਹ ਢੇਰੀ ਕਰਨ ਵਾਲਾ ਜਨਮ ਪਾਪੀ ਜਿਹੜਾ ਇਹ ਸੋਚਦਾ ਹੀ ਨਹੀਂ ਸੀ ਕਿ ਸਿੱਖ ਇੱਥੋਂ ਤੱਕ ਆ ਸਕਦੇ ਨੇ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੇ ਪਿਆਰੇ ਉਹ ਬਾਣੀ ਸੱਚ ਕਰਵਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਹੈ ਫਰੀਦਾ ਦਰਿਆ ਵੈ ਕੰਢੇ ਬੰਗਲਾ ਬੈਠਾ ਕੇਲ ਕਰੇ ਕੇਲ ਕਰੇਂਦੇ ਹੰਗ ਨੂੰ ਅਚਿੰਤੇ ਬਾਜ ਪਏ ਬਾਜ ਪਏ ਤੇ ਸਰਬ ਦੇ ਕੇਲਾਂ ਵਿਸਰੀਆਂ ਜੋ ਗੱਲੀ ਚੇਤਨਾ ਚੇਤੇ ਸਨ ਸੋ ਗੱਲੀ ਰੱਬ ਦੀ ਇਹਨਾਂ ਲੋਕਾਂ ਦੇ ਚੇਤੇ ਤੇ ਚੇਤ ਵਿੱਚ ਨਹੀਂ ਸੀ ਵੀ ਇਹ ਵੀ ਗੱਲਾਂ ਹੋ ਸਕਦੀਆਂ ਨੇ ਪਰ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਉਹ ਪਰਮੇਸ਼ਰ ਗੱਲਾਂ ਕਰਾ ਦਿੰਦਾ ਜਿਹੜੀਆਂ ਚੇਤੇ ਚ ਨਹੀਂ ਹੁੰਦੀਆਂ। ਇਹਨਾਂ ਨੂੰ ਕੀ ਪਤਾ ਸੀ ਵੀ ਤੋਪਾਂ ਦਾ ਹੁਕਮ ਦੇ ਰਿਹਾ ਉਹਨਾਂ ਕਿ ਇਹਨਾਂ ਤੋਪਾਂ ਦੇ ਗੋਲੇ ਜਿਹੜੇ ਨੇ ਹਰਿਮੰਦਰ ਸਾਹਿਬ ਦੀ ਮਰਜ਼ਾਦਾ ਹੈ ਜਿਹੜਾ ਵੀ ਉੱਥੇ ਜੇ ਵੀ ਸ਼ਰਧਾ ਲੈ ਕੇ ਜਥਾ ਦ੍ਰਿਸ਼ਟੀ ਤਥਾ ਸ੍ਰਿਸ਼ਟੀ ਹੈ ਨਾ ਜੇ ਵੀ ਸ਼ਰਧਾ ਤੇ ਭਾਵਨਾ ਨਾਲ ਆਪਾਂ ਗੁਰੂ ਘਰ ਆਉਂਦੇ ਹਾਂ ਉਹੋ ਜਿਹਾ ਫਲ ਪ੍ਰਾਪਤ ਕਰਦੇ ਹਾਂ। ਇੱਥੇ ਮਾਇਆ ਚੜ੍ਹਾਉਣੇ ਕਮਾਈ ਚ ਬਰਕਤ ਪਾਉਂਦੇ ਨੇ ਸਤਿਗੁਰੂ ਪਦਾਰਥ ਚੜ੍ਹਾਉਣੇ ਅਤੇ ਅੰਨ ਦਾਣੇ ਵਿੱਚ ਵਾਧਾ ਹੋ ਜਾਂਦਾ ਹੈ। ਆਪਣਾ ਪੰਜਾਬ ਦੇ ਵਿੱਚ ਆਪਣੀ ਰਵਾਇਤ ਹੈ ਆਪਾਂ ਦੁੱਧ ਦੀਆਂ ਖੀਰਾਂ ਦੁੱਧ ਲੈ ਕੇ ਜਾਂਦੇ ਗੁਰੂ ਘਰਾਂ ਵਿੱਚ ਦੁੱਧਾਂ ਵਿੱਚ ਵਾਧਾ ਹੋ ਜਾਂਦਾ ਗੁਰਮੁਖ ਪਿਆਰੇ ਸਤਿਗੁਰੂ ਦੁੱਧ ਪੁੱਧ ਵਿੱਚ ਬਰਕਤ ਪਾਉਂਦੇ ਨੇ। ਤੇ ਹੁਣ ਜਿਹੜੇ ਮਨੁੱਖ ਦੀ ਕਦੇ ਸ਼ਰਧਾ ਬਣ ਜਾ ਵੀ ਹਰਿਮੰਦਰ ਸਾਹਿਬ ਦੇ ਵਿੱਚ ਗੋਲੀਆਂ ਚੜ੍ਹਾਓ ਹਰਿਮੰਦਰ ਸਾਹਿਬ ਵਿੱਚ ਟੈਂਕ ਚਾੜੋ ਹਰਿਮੰਦਰ ਸਾਹਿਬ ਤੇ ਫੌਜਾਂ ਚਾੜੋ ਤੇ ਉਹ ਗੁਰਮੁਖ ਪਿਆਰੇ ਚਾੜੀਆਂ ਹੋਈਆਂ ਫੌਜਾਂ ਦੇ ਵਿੱਚ ਵੀ ਫਿਰ ਗੋਲੀਆਂ ਵਿੱਚ ਵੀ ਵਾਧਾ ਹੋ ਕੇ ਵਾਪਸ ਜਾਣਾ ਹੀ ਪਿਆਰ ਨਾਲ ਰੱਖੋ ਸਭ ਨਾਮ ਸ੍ਰੀ ਵਾਹਿਗੁਰੂ। ਜਿਵੇਂ ਪ੍ਰਸ਼ਾਦ ਦੇਗ ਚੜ੍ਹਾਈ ਹੋਈ ਕਿਰਪਾਨ ਭੇਟ ਕਰਕੇ ਸੇਵਾਦਾਰਨ ਦੀ ਕੱਢ ਲੈਂਦੇ ਨੇ ਦਰਬਾਰ ਵਿੱਚ ਇਹਦੀ ਵਾਪਸ ਦੇ ਦਿੰਦੇ ਨੇ ਵੀ ਜਾਏ ਆਪਣੇ ਪਰਿਵਾਰ ਵਿੱਚ ਵਰਤਾ ਦੀ ਜਿਹੜੇ ਨਹੀਂ ਜਾ ਸਕੇ ਉਹ ਗੁਰੂ ਦੇ ਪਿਆਰੇ ਬਸ ਜਿਹਨਾਂ ਸਰਕਾਰਾਂ ਨੇ ਗੋਲੀਆਂ ਦਾ ਪ੍ਰਸ਼ਾਦ ਹਰਿਮੰਦਰ ਸਾਹਿਬ ਵਿੱਚ ਚੜ੍ਹਾਇਆ ਨੇ ਉਹ ਕੁਰਬਾਨ ਕੀਤੀਆਂ ਸੰਗਤਾਂ ਨੇ ਛੱਕੀਆਂ ਗੁਰੂ ਸਾਹਿਬਾਂ ਨੇ ਆਪਣੇ ਸਰੀਰ ਤੇ ਸਹਾਰੀਆਂ। ਅਵਤਾਰ ਸਿੰਘ ਜੀ ਤਮਲੇ ਵਾਲਾ ਕੀਰਤਨ ਕਰਦਾ ਇੱਕ ਦਰਵਾਜ਼ਾ ਪਾਰ ਕੇ ਗੋਲੀ ਦਰਵਾਜ਼ੇ ਵਿੱਚ ਵੀ ਭਾਈ ਅਵਤਾਰ ਸਿੰਘ ਤਬਲੇ ਵਾਲੇ ਨੇ ਲੱਗੀ ਉਹਦਾ ਸਰੀਰ ਪਾਰ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਜਾ ਕੇ ਲੱਗੀ। ਅੱਜ ਉਹ ਗੱਲਾਂ ਮੈਨੂੰ ਪਿਆਰੋਂ ਬਤਾਈਆਂ ਜਾ ਰਹੀਆਂ ਨੇ। ਜਲਿਆਂ ਵਾਲੇ ਬਾਗ ਦੀਆਂ ਗੋਲੀਆਂ 1919 ਦੀਆਂ ਲੱਗੀਆਂ ਹੋਈਆਂ ਅੱਜ ਕੰਧਾਂ ਉੱਤੇ ਰੱਖੀਆਂ ਨੇ ਪਰ ਉਸੇ ਸਰਕਾਰ ਨੇ ਸਿੱਖਾਂ ਨੂੰ ਖਰੀਦ ਕੇ ਹਰਿਮੰਦਰ ਸਾਹਿਬ ਵਿੱਚ ਲੱਗੀ ਹੋਈ ਗੋਲੀ ਦਾ ਇੱਕ ਦਾ ਵੀ ਨਿਸ਼ਾਨ ਨਹੀਂ ਰੱਖਣ ਦਿੱਤਾ। ਗੱਲ ਕੇ ਆਖੋ ਸਤਨਾਮ ਸਿੰਘ ਕਮੇਟੀ ਵਿੱਚ ਫੈਸਲਾ ਹੋਇਆ ਸੰਗਤ ਨੇ ਫੈਸਲਾ ਕੀਤਾ ਵੀ ਇਹ ਜ਼ੁਲਮ ਰੱਖਣੇ ਆਉਣੀਆਂ ਪੀੜੀਆਂ ਦਿਖਾਉਣ ਲਈ ਪਰ ਮਨਜੀਤ ਸਿੰਘ ਕਲਕੱਤਾ ਜਿਹੜਾ ਉਸ ਸਮੇਂ ਸਕੱਤਰ ਸੀ ਤੇ ਲੜਿਆ ਗੌਰਮੈਂਟ ਦੇ ਨਾਲ ਉਸਨੇ ਸਭ ਕਾਸੇ ਤੋਂ ਬਾਹਰ ਹੋ ਕੇ ਸਾਰੇ ਨਿਸ਼ਾਨ ਮਿਟਾਏ ਨੇ। ਮੈਨੂੰ ਕਹਿ ਲਿਓ ਇਹ ਸਿੱਖ ਕੌਮ ਦਾ ਇਤਿਹਾਸ ਬਗਾੜਨ ਵਾਲੀ ਤਾਂ ਕਿ ਉਹਨਾਂ ਦੁਸ਼ਮਣਾਂ ਦੀ ਕੋਈ ਪਛਾਣ ਨਾ ਕਰ ਸਕੀ ਆਉਣ ਵਾਲੇ ਸਾਡੇ ਨੌਜਵਾਨ ਬੱਚੇ ਬੱਚੀਆਂ ਕਿ ਕਿਹੜੇ ਲੋਕਾਂ ਨੇ ਹਰਿਮੰਦਰ ਸਾਹਿਬ ਨਾਲ ਠੀਕ ਕੀਤਾ ਸੀ। ਮੈਨੂੰ ਕਿਹਾ ਬਾਬਾ ਦੀਪ ਸਿੰਘ ਜੀ ਨੇ ਜਿੱਥੇ ਸੀਸ ਦਿੱਤਾ ਸੀ ਪਰਿਕਰਮਾ ਵਿੱਚ ਉੱਥੇ ਫੁੱਲ ਚੜੇ ਹੋਏ ਸਾਡੇ ਬਜ਼ੁਰਗਾਂ ਨੇ ਸਾਡੇ ਵੱਡੇ ਦੇਖੇ ਨੇ ਅਸੀਂ ਦੇਖੇ ਨੇ ਅਸੀਂ ਪਰ ਉਹ ਸਿੱਖਾਂ ਦਾ ਇਤਿਹਾਸ ਮਿਟਾਉਣ ਵਾਸਤੇ ਉਹ ਨਿਸ਼ਾਨੀ ਗੁਰਮੁਖ ਪਿਆਰੇ ਭਜਨਾ ਮਟਾਤੀ ਰੱਖੋ ਚੱਕ ਦਿੱਤੀ ਲੈ ਲੱਗੇ ਉਹ ਉੱਥੇ ਡਿਜ਼ਾਇਨ ਵਾਲੀ ਟਾਈ ਲੱਗੀ ਹੁੰਦੀ ਸੀ ਉਹ ਉਹਨਾਂ ਨੇ ਪੁੱਟ ਕੇ ਸਨਮਨ ਵਾਲੀ ਤੇ ਹੋਰ ਲਾਤੀ ਹੈ ਤਾਂ ਕਿ ਸਿੱਖਾਂ ਨੂੰ ਪਤਾ ਨਹੀਂ ਲੱਗ ਸਕੇ ਸਿੱਖਾਂ ਦਾ ਕੀ ਇਤਿਹਾਸ ਹੈ। ਸਿੱਖਾਂ ਦੇ ਸ਼ਹੀਦਾਂ ਦੇ ਨਿਸ਼ਾਨ ਸਭ ਪੁੱਟੇ ਗਏ ਨੇ ਗੁਰਮੁਖ ਪਿਆਰੇ ਪਿੰਡਾਂ ਵਿੱਚ ਜਿੱਥੇ ਜਿੱਥੇ ਮੁਕਾਬਲੇ ਹੋਏ ਨੇ ਪਰ ਸਮਾਂ ਆਊਗਾ ਸਤਿਗੁਰੂ ਕੇ ਪਿਆਰੇ ਸਾਰਾ ਕੁਝ ਜ਼ਰੂਰ ਬਣ ਜਾਏ। ਸਤਿਗੁਰੂ ਕੇ ਪਿਆਰੇ ਲੋੜ ਹੈ ਜਿੱਦਣ ਸਮਾਂ ਆਇਆ ਜਦੋਂ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਆਪਣੇ ਖਾਲਸੇ ਨੂੰ ਖਾਲਿਸਤਾਨ ਬਖਸ਼ਿਆ ਨਾ ਆਪਣਾ ਰਾਜ ਬਖਸ਼ਿਆ
ਸਾਰੀਆਂ ਨਿਸ਼ਾਨੀਆਂ ਜਿਹੜੀਆਂ ਨੇ ਸਿੱਖ ਕੌਮ ਦਾ ਵਿਰਸਾ ਜਿਹੜਾ ਹੈ ਸਿੱਖ ਕੌਮ ਦਾ ਇਤਿਹਾਸ ਜਿਹੜਾ ਹੈ ਉਹ ਮੁੜ ਕੇ ਸੰਭਾਲਿਆ ਜਾਵੇਗਾ ਤੇ ਸਿੱਖੀ ਸਾਡੇ ਨੌਜਵਾਨਾਂ ਨੂੰ ਜਿਹਨਾਂ ਨੂੰ ਧੱਕੇ ਨਾਲ ਸਿੱਖੀ ਤੋਂ ਦੂਰ ਕੀਤਾ ਜਾ ਰਿਹਾ ਪੰਜਾਬ ਹੀ ਐਸਾ ਹੋ ਰਿਹਾ ਤੇ ਵਿਰਸਾ ਵਿਰਸਾ ਤੇ ਪੰਜਾਬੀ ਵਿਰਸਾ ਦੀ ਪੰਜਾਬੀ ਬੋਲੀ ਦੀ ਉਹ ਪੰਜਾਬੀ ਬੋਲੀ ਦੇ ਗੀਤ ਹੀ ਰਾਂਝੇ ਦੇ ਗੀਤ ਹੁੰਦੇ ਪਰ ਸਾਡੀ ਪੰਜਾਬੀ ਬੋਲੀ ਆ ਗੁਰਮੁਖੀ ਸਾਡੀ ਪੰਜਾਬੀ ਬੋਲੀ ਆ ਮਜ਼ਬਾਨੀਆਂ ਸਾਡੀ ਪੰਜਾਬੀ ਬੋਲੀ ਆ ਸਾਡਾ ਇਤਿਹਾਸ ਬੰਦ ਬੰਦ ਕਟਾਉਣ ਵਾਲੀ ਆ ਜੇਲ੍ਹਾਂ ਵਿੱਚ ਚੱਕੀਆਂ ਪੀਣ ਵਾਲੀਆਂ ਬੱਚੀਆਂ ਮਾਤਾਵਾਂ ਦਾ ਇਤਿਹਾਸ ਹੈ ਸਾਡਾ ਕਿ ਜਿਨ੍ਹਾਂ ਦੇ ਬੱਚਿਆਂ ਦੇ ਟੋਟਿਆਂ ਦੇ ਕਰਕੇ ਹਾਰ ਬਣਾ ਕੇ ਸਾਡੀਆਂ ਮਾਵਾਂ ਦੇ ਗਲਾਂ ਵਿੱਚ ਪਾਏ ਤੇ ਉਹਨਾਂ ਨੇ ਅਰਦਾਸ ਕੀਤੀ ਸਤਿਗੁਰ ਤੇਰੇ ਭਾਣੇ ਚਾਰ ਪੈਰ ਦਿਨ ਸੁੱਖ ਨਾਲ ਬਤੀਤ ਹੋਇਆ ਤੇ ਚਾਰ ਪੈਰ ਰਾਤ ਆਈਏ ਸੁੱਖ ਨਾਲ ਬਤੀਤ ਹੋਏ ਇਹ ਸੀ ਸਾਡਾ ਪੰਜਾਬੀ ਵਿਰਸਾ ਤੇ ਅੱਜ ਪੰਜਾਬੀ ਵਿਰਸਾ ਜੀ ਕੋਈ ਚਰਖਾ ਚੱਕੀ ਫਿਰਦਾ ਕੋਈ ਚੱਕ ਲਾ ਕੇ ਢੋਲ ਵਜਾ ਵਜਾ ਕੇ ਖੋਡੇ ਫਰ ਕੇ ਤੇ ਗਾੜੀਆਂ ਕੱਟ ਕੇ ਤੇ ਤੁਰਲੇ ਵਾਲੀਆਂ ਪੱਗਾਂ ਬੰਨ ਬੰਨ ਕੇ ਸਿੱਖਾਂ ਦਾ ਵਿਰਸਾ ਸਾਡੇ ਸਿਰ ਵੜਿਆ ਜਾ ਰਿਹਾ ਹੈ ਸਤਿਕਾਰ ਹੈ ਉਹਨਾਂ ਨਾਲ ਪੰਜਾਬੀ ਵਿਰਸੇ ਨੂੰ ਸਮਰਪਿਤ ਹੈ ਪਰ ਗੁਰਮੁਖ ਪਿਆਰ ਹੋਏ ਛੋ ਲਾ ਲਾ ਕੇ ਸਿੱਖੀ ਨੂੰ ਮਦਦ ਕਰਨ ਦੀ ਜਿਹੜੀ ਚਾਲ ਚੱਲੀ ਜਾ ਰਹੀ ਹੈ ਉਹਦੇ ਤੋਂ ਸਾਨੂੰ ਵਜਣ ਦੀ ਲੋੜ ਹੈ ਸਤਿਗੁਰੂ ਰਹਿਮਤ ਕਰੇ ਸਾਨੂੰ ਸਮਝਣ ਦੀ ਲੋੜ ਹੈ ਸਾਨੂੰ ਕਿਹਨਾਂ ਕਿਹਨਾਂ ਪਾਸਿਆਂ ਦੇ ਪਾਸੇ ਨੂੰ ਕੀਤਾ ਜਾ ਰਿਹਾ ਹੈ ਆਪਣੇ ਇਹਨਾਂ ਦੇਸ਼ਾਂ ਵਿੱਚ ਕੈਮਿਸਟ ਤੋਂ ਦਵਾਈ ਲੈਣ ਜਾਓ ਡਾਕਟਰ ਦੀ ਲਿਖੀ ਹੋਈ ਪਰਚੀ ਤੋਂ ਬਿਨਾਂ ਤੁਹਾਨੂੰ ਕੋਈ ਦਵਾਈ ਨਹੀਂ ਦਿੰਦਾ ਦਵਾਈ ਵੇਚਣ ਦਾ ਸਰਕਾਰ ਵੱਲੋਂ ਮਨਜ਼ੂਰ ਹੋਊਗਾ ਬੰਦਾ ਵੀ ਇਹ ਗ੍ਰੈਜੂਏਟ ਹੈ ਪੜ੍ਹਿਆ ਹੋਇਆ ਹੈ ਤੇ ਸਰਟੀਫਿਕੇਟ ਹੈ ਪਰ ਸਾਡੇ ਪੰਜਾਬ ਦੇ ਅੰਦਰ ਦੇਖ ਲਓ ਉੱਥੇ ਕੋਈ ਨੀ ਪੁੱਛਦਾ ਨਸ਼ੇ ਦੀਆਂ ਗੋਲੀਆਂ ਵੇਚ ਵੇਚ ਕੇ ਸਾਡੀ ਸਿੱਖ ਨੌਜਵਾਨੀ ਨੂੰ ਖਤਮ ਕੀਤਾ ਜਾ ਰਿਹਾ ਗੁਰਮੁਖ ਪਿਆਰੇ ਗੱਲਾਂ ਤੋਂ ਬਚਣ ਦੀ ਲੋੜ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ